ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਹੋਗੇ ਸਿੱਖ ਵਿਦਵਾਨ ਭਾਈ ਹਰਸਿਮਰਤ ਸਿੰਘ ਸ੍ਰੀ ਅਨੰਦਪੁਰ ਸਾਹਿਬ ਵਾਲੇ ਮੌਜੂਦ ਨੇ ਅਸੀਂ ਜੋ ਤਖਤ ਸਾਹਿਬ ਦੇ ਉੱਤੇ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਹੋਰਾਂ ਵੱਲੋਂ 6 ਨਵੰਬਰ ਦੀ ਇਕੱਤਰਤਾ ਸੱਦੀ ਗਈ ਹੈ ਉਹਦੇ ਵਿੱਚ ਸਿੱਖ ਵਿਦਵਾਨਾਂ ਨੂੰ ਬੁੱਧੀਜੀਵੀਆਂ ਪੱਤਰਕਾਰਾਂ ਨੂੰ ਵੀ ਸੱਦਿਆ ਗਿਆ ਇਹਦੇ ਵਿੱਚ ਭਾਈ ਹਰਸਿਮਰਤ ਸਿੰਘ ਹੋਰਾਂ ਦਾ ਨਾਮ ਵੀ ਸ਼ਾਮਲ ਹੈ ਉਹਦੇ ਉੱਤੇ ਚਰਚਾ ਕਰਾਂਗੇ ਕਿਉਂਕਿ ਬਹੁਤ ਕੁਝ ਪੰਥਕ ਸਫਾਂ ਦੇ ਵਿੱਚ ਖਿਲ ਰਿਹਾ ਹੋਇਆ ਜਿਹਨੂੰ ਸਮੇਟਣ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਵਿਦਵਾਨ ਸਾਰੇ ਲੱਗੇ ਹੋਏ ਨੇ ਕਿ ਇਹਦਾ ਹੱਲ ਕੀ ਹੋਣਾ ਖਾਸ ਕਰ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਜਾਂ ਵਿਰਸਾ ਸਿੰਘ ਬਲਟੋਆ ਵਾਲਾ ਚੈਪਟਰ ਅਸੀਂ ਦੇਖਿਆ ਕਿ ਕੀ ਕੁਛ ਬੀਤਿਆ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨ ਵੀ ਲੰਘ ਚੁੱਕੀਆਂ ਨੇ ਇਹ ਸਭ ਦੇ ਇਰਦ ਗਿਰਦ ਜੋ ਵਰਤਾਰੇ ਵਾਪਰ ਰਹੇ ਨੇ ਉਹਨਾਂ ਉੱਤੇ ਅਸੀਂ ਚਰਚਾ ਕਰਾਂਗੇ ਸਿੰਘ ਸਾਹਿਬ ਸਵਾਗਤ ਹੈ ਜੀ ਤੁਹਾਡਾ ਭਾਈ ਖਾਲਸਾ ਬਾਜੀ ਫਤਿਹ ਭਾਈ ਸਾਹਿਬ ਧੰਨਵਾਦ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡਾ ਸਵਾਲ ਕਿ ਜਿਹੜੀ 6 ਨਵੰਬਰ ਦੀ ਇਕੱਤਰਤਾ ਸੱਦੀ ਗਈ ਹੈ ਉਹਨੂੰ ਲੈ ਕੇ ਕਿ ਏਜੰਡਾ ਕੀ ਆ ਕੀ ਸੁਖਬੀਰ ਸਿੰਘ ਬਾਦਲ ਨੂੰ ਜੋ ਤਨਖਾਹੀਆ ਕਰਾਰ ਦਿੱਤਾ ਜੀ ਜਾਂ ਉਹਨਾਂ ਦੇ ਨਾਲਦਿਆਂ ਨੇ ਜੋ ਆਪਣੇ ਸਪਸ਼ਟੀਕਰਨ ਦਿੱਤੇ ਨੇ ਜੋ ਉਸ ਵੇਲੇ ਮੰਤਰੀ ਸੀਗੇ ਸਰਕਾਰ ਦੇ ਵਿੱਚ ਅਕਾਲੀ ਸਰਕਾਰ ਚ ਉਹਦੇ ਬਾਰੇ ਕਿਸੇ ਚਰਚਾ ਨੂੰ ਅੱਗੇ ਤੋਰਨਾ ਜਾਂ ਫਿਰ ਜੋ ਪੰਥਕ ਸੰਕਟ ਜੋ ਕਹਿ ਲਈਏ ਜਾਂ ਜਿਸ ਤਰੀਕੇ ਦੇ ਹਾਲਾਤ ਮੁਲਕ ਦੇ ਅੰਦਰ ਜਾਂ ਦੇਸ਼ਾਂ ਵਿਦੇਸ਼ਾਂ ਸਿੱਖਾਂ ਨੂੰ ਦਰਪੇਸ਼ ਮੁਸ਼ਕਲਾਂ ਆ ਰਹੀਆਂ ਉਹਨਾਂ ਨੂੰ ਆਧਾਰ ਬਣਾ ਕੇ ਇਸ ਚਰਚਾ ਨੂੰ ਅੱਗੇ ਵਧਾਇਆ ਜਾਣਾ ਸੁਖਵਿੰਦਰ ਜੀ ਵੇਖੋ ਇਹ ਜਿਹੜੀ ਸਿੰਘ ਸਾਹਿਬ ਵੱਲੋਂ ਚਿੱਠੀ ਜਾਰੀ ਹੋਈ ਹੈ ਵਿਦਵਾਨਾਂ ਨੂੰ ਔਰ ਸਾਨੂੰ ਵੀ ਆਈ ਹੈ ਉਹਦੇ ਚ ਬੜੀ ਜਿਹੜੀ ਸ਼ਾਰਟ ਦੇ ਵਿੱਚ ਸਾਰੀ ਗੱਲ 4-5 ਲਾਈਨਾਂ ਚ ਸਮੇਟ ਦਿੱਤੀ ਉਹਨਾਂ ਨੇ ਜਿਹੜੀ ਉਹਨਾਂ ਨੇ ਗੱਲ ਲਿਖੀ ਹੈ ਏਜੰਡਾ ਪ੍ਰੋਪਰ ਕੋਈ ਏਜੰਡਾ ਜਿਹੜਾ ਹੈ ਫਿਕਸ ਏਜੰਡਾ ਨਹੀਂ ਦੱਸਿਆ ਉਹਨੇ ਚਲੰਤ ਮਾਮਲੇ ਬਾਰੇ ਦੱਸਿਆ ਹੈ ਤੇ ਜਿਹੜੇ ਚਲੰਤ ਮਾਮਲੇ ਤਾਂ ਸਾਰੇ ਹੈਗੇ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਦੇਸ਼ਾਂ ਵਿਦੇਸ਼ਾਂ ਚ ਸਿੱਖਾਂ ਦੀ ਸਮੱਸਿਆਵਾਂ ਜਿਹੜੀਆਂ ਆ ਰਹੀਆਂ ਨੇ ਜਾਂ ਜਿਹੜੇ ਸੁਖਬੀਰ ਬਾਦਲ ਨਾਲ ਜੋ ਕੁਛ ਵੀ ਪਿਛਲੇ ਸਮੇਂ ਅਕਾਲੀ ਦਲ ਦੇ ਨਾਲ ਜਾਂ ਸੁਧਾਰ ਲਹਿਰ ਵਾਲਿਆਂ ਨੇ ਜਿਹੜੇ ਮੈਂਬਰ ਨੂੰ ਦਿੱਤਾ ਸੀ ਉਹਦੇ ਬਾਰੇ ਸਾਰੀ ਚਰਚਾ ਹੋਏਗੀ ਮੇਰਾ ਖਿਆਲ ਸਾਰੇ ਹੀ ਚਲੰਤ ਮਾਮਲੇ ਹੀ ਨੇ ਸੋ ਉੱਥੇ ਜਾ ਕੇ ਜੋ ਕੁਛ ਵੀ ਰਿਜ਼ਲਟ ਜਾਂ ਏਜੰਡਾ ਸੈੱਟ ਹੋਏਗਾ ਉਹਦੇ ਬਾਰੇ ਵਿਦਵਾਨ ਆਪਣੀ ਵੀ ਰਾਏ ਦੇਣਗੇ ਔਰ ਉਸ ਬਾਰੇ ਜਿਹੜੀ ਇੱਕ ਚੰਗੀ ਗੱਲ ਹੋਈ ਹੈ ਸੁਖਵਿੰਦਰ ਜੀ ਕਿ ਪਹਿਲੀ ਵਾਰੀ ਕਾਫੀ ਬਲਕਿ ਕਾਫੀ ਸਮੇਂ ਬਾਅਦ ਮੈਂ ਸਮਝਦਾ ਕਿ ਜਦੋਂ 10 ਜੂਨ 1978 ਨੂੰ ਨਿਰਕਾਰੀਆਂ ਦੇ ਖਿਲਾਫ ਜੋ ਹੁਕਮਨਾਮਾ ਜਾਰੀ ਹੋਇਆ ਸੀ ਸਾਧ ਸਿੰਘ ਭੋਰਾ ਜੀ ਨੇ ਜਾਰੀ ਕੀਤਾ ਸੀ ਉਦੋਂ ਵੀ ਸਥਿਤੀ ਜਿਹੜੀ ਗਰੀ ਵੋਲੇਟਾਈਲ ਸੀ ਗੰਭੀਰ ਸੀ ਤੇ ਉਦੋਂ ਵੀ SGPC ਦੇ ਪਹਿਲਕਦਮੀ ਤੇ ਟੌੜਾ ਸਾਹਿਬ ਦੀ ਅਕਾਲ ਤਖ਼ਤ ਸਾਹਿਬ ਦੇ ਸਾਰੇ ਨਾਲ ਇੱਕ ਵਿਦਵਾਨਾਂ ਦੀ ਕਮੇਟੀ ਬਣਾਈ ਗਈ ਸੀ ਕਿ ਕੀ ਕੀਤਾ ਜਾਵੇ ਉਸ ਬਾਰੇ ਫਿਰ ਜੋ ਕੁਛ ਵੀ ਉਹ ਇਮਾਰਤ ਤਿਆਰ ਹੋਈ ਸੀ ਨਿਰਕਾਰੀਆਂ ਬਾਰੇ ਉਸ ਸਮੇਂ ਹਾਲਾਤ ਬਾਰੇ ਉਸ ਨੂੰ ਸਾਧੂ ਸਿੰਘ ਭੋਰਾ ਜੀ ਨੇ ਰਿਲੀਜ਼ ਕੀਤਾ ਸੀਗਾ ਵਿਦਵਾਨਾਂ ਦੀ ਰਾਏ ਦੇ ਨਾਲ ਅੱਜ ਵੀ ਤਕਰੀਬਨ ਸਾਰੀ ਸਥਿਤੀ ਉਸ ਤਰ੍ਹਾਂ ਦੀ ਭਾਵੇਂ ਕਿ ਕਈ ਕੁਛ ਬਦਲ ਗਿਆ ਹੈ ਲੇਕਿਨ ਜੋ ਸਿੰਘ ਸਾਹਿਬ ਨੇ ਵਿਦਵਾਨਾਂ ਦੀ ਮੀਟਿੰਗ ਸੱਦੀ ਹੈ ਜੋ ਉਸ ਤੋਂ ਬਾਅਦ ਜਥੇਬੰਦੀਆਂ ਦੀ ਜਾਂ ਹੋਰ ਸਾਰੀ ਸਪਰ ਦਾ ਮੀਟਿੰਗ ਸੱਦਣਗੇ ਉਹ ਚ ਬੰਦਾ ਇਹੀ ਹੈ ਜੀ ਕਿ ਜੋ ਕੁਛ ਵੀ ਅਕਾਲੀ ਦਲ ਦੀ ਪਿਛਲੀ ਸਮੇਂ ਵਿੱਚ ਹਾਲਾਤ ਹੋਏ ਨੇ ਪਿਛਲੇ ਸਮੇਂ ਕੱਲ ਜਿਹੜੇ ਜੋ ਜੋ ਚਿੱਠੀ ਜਾਰੀ ਕੀਤੀ ਸੀ ਸਿੰਘ ਸਾਹਿਬ ਨੇ ਕਿ ਤੁਸੀਂ ਪੰਥਕ ਹਿੱਤਾਂ ਨੂੰ ਨੁਕਸਾਨ ਪਹੁੰਚਿਆ ਤੁਹਾਡੀਆਂ ਸਾਰੀ ਸਰਗਰਮੀਆਂ ਦਾ ਫੈਸਲਿਆਂ ਨਾਲ ਉਸਦੇ ਸਾਰੇ ਅੱਗੇ ਕੰਟੀਨਿਊਟੀ ਦੇ ਵਿੱਚ ਹੀ ਹੈ ਜੀ ਉਹਨਾਂ ਨੇ ਫਿਰ ਜਿਹੜੇ 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 ਹੋਰ ਜਿਹੜੇ ਅਕਾਲੀ ਦਲ ਦੇ ਰਾਜ ਮਿਨਿਸਟਰ ਰਹੇ ਸਿੱਖ ਮੰਤਰੀ ਰਹੇ ਉਹਨਾਂ ਨੂੰ ਵੀ ਸਪਸ਼ਟੀਕਰਨ ਦੇਣ ਲਈ ਮੰਗਿਆ ਬੁਲਾਇਆ ਸੀ ਉਹਨਾਂ ਨੂੰ ਸਪਸ਼ਟੀਕਰਨ ਦਿੱਤੇ ਨੇ ਇਹ ਸਾਰਾ ਪੈਂਡਿੰਗ ਪਿਆ ਸਾਰਾ ਜੀ ਕਿਉਂਕਿ 2-2.5 ਮਹੀਨੇ ਸਾਰੀ ਚੀਜ਼ ਨੂੰ ਹੋ ਚੁੱਕਾ ਹੈ ਇੱਕ ਕੁਆਟਰ ਦੇ ਵਿੱਚ ਇਹ ਵੀ ਗੱਲ ਆ ਰਹੀ ਲੇਟ ਹੋ ਰਹੇ ਪਰ ਚਲੋ ਸਿੱਖ ਸਾਹਿਬ ਦਾ ਆਪਣਾ ਫੈਸਲਾ ਹੈ ਉਹਨੂੰ ਵਿਵੇਕ ਹੈ ਔਰ ਕਿਸੇ ਦਾ ਕੰਮ ਕੀਤਾ ਉਹਨਾਂ ਨੇ ਬਟ ਫਿਰ ਵੀ ਉਹਨਾਂ ਨੇ ਜੋ ਕੁਛ ਮੀਟਿੰਗ ਸੱਦੀ ਹੈ ਉਹਦੇ ਜਿਹੜੇ ਮੁੱਦੇ ਵਿਚਾਰੇ ਜਾਣਗੇ ਜਿਸ ਘੋਰਾ ਧੋਰਾ ਵਾਲੀ ਹੈ ਪਰ ਮੁੱਦਾ ਇਹ ਕਿ ਜਿਹੜੇ ਸਿੰਘ ਸਾਹਿਬ ਨੇ ਜੋ ਜਿਹਨਾਂ ਵਿਦਵਾਨਾਂ ਨੂੰ ਸੱਦਿਆ ਹੈ ਉਹ ਕੀ ਇਸ਼ੂਸ ਦੇ ਡਿਸਕਸ ਕਰਨਗੇ ਇਸ਼ੂ ਜਿਵੇਂ ਤੁਸੀਂ ਆਪਣੇ ਭੂਮਿਕਾ ਚ ਕਿਹਾ ਹੈ ਕਿ ਖਲਾਰਾ ਬਹੁਤ ਪੈ ਗਏ ਕਾਫੀ ਕਾਫੀ ਮਤਲਬ ਜਿਹੜੇ ਇਸ਼ੂਸ ਨੇ ਇੱਕੋ ਸਮੇਂ ਇਕੱਠੇ ਹੋ ਗਏ ਨੇ ਜਿਹ ਚ ਸੁਖਬੀਰ ਬਾਦਲ ਦਾ ਕਿਸ ਤਰੀਕੇ ਨਾਲ ਫੈਸਲਾ ਕੀਤਾ ਜਾਏਗਾ ਕਿਉਂਕਿ ਤਨਖਾਹੀਆ ਇਤਿਹਾਸ ਦੇ ਵਿੱਚ ਅਕਾਲੀ ਦਲ ਦੇ 104 ਸਾਲ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਹੈ ਜਦੋਂ ਜਗਦੇਵ ਸਿੰਘ ਤਲਵੰਡੀ ਨੇ ਇੱਕ ਵਾਰੀ 2-4 ਦਿਨ ਵਾਸਤੇ ਤਨਖਾਹੀਆ ਕਰਾਰ ਦਿੱਤਾ ਸੀਗਾ 78-84 ਦੀ ਗੱਲ ਹੈ ਲੇਕਿਨ ਜਿਹੜੀ ਇਹ ਹੁਣ 2 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਔਰ ਸਾਰੇ ਇਤਿਹਾਸ ਦੇ ਤਿਆਰ ਕਰ ਰਹੇ ਸੀ ਕਿ ਸਿੰਘ ਸਾਹਿਬ ਨੇ ਕੀ ਫੈਸਲਾ ਲੈਣਾ ਹੈ ਕਿਸ ਤਰੀਕੇ ਨਾਲ ਉਹਨਾਂ ਨੇ ਇਸ਼ਾਰਾ ਕਰਨਗੇ ਸੋ ਜੇ ਉਹਨਾਂ ਨੇ ਸਿੱਧੀ ਸੱਦੀ ਹੈ ਤਾਂ ਚੰਗੀ ਗੱਲ ਹੈ ਇਹ ਸਾਰੇ ਪੰਥ ਦੇ ਜਿਹੜੇ ਵਿਦਵਾਨ ਨੇ ਜਿਹਨਾਂ ਨੂੰ ਬੁਲਾਇਆ ਗਿਆ ਉਹ ਜਾ ਕੇ ਰਾਏ ਦੱਸਣਗੇ ਲੇਕਿਨ ਮੈਂ ਮਹਿਸੂਸ ਕਰਦਾ ਕਿ ਇਸ ਵੇਲੇ ਸਿੰਘ ਸਾਹਿਬ ਸਾਹਮਣੇ ਬੜੇ ਇਸ਼ੂ ਜਿਹੜੇ ਨੇ ਐਟ ਹੈਂਡ ਬੜੇ ਗੰਭੀਰ ਨੇ ਇਹਦੇ ਵਾਸਤੇ ਜਿਹੜੀ ਪੰਥ ਜਿਹੜਾ ਸਮੁੱਚੇ ਤੌਰ ਤੇ ਇਸ ਗੱਲ ਬਾਰੇ ਚਿੰਤਤ ਹੈ ਔਰ ਉਡੀਕ ਕਰ ਰਿਹਾ ਕਿ ਕੀ ਫੈਸਲੇ ਹੋਣਗੇ ਮੁੱਦਾ ਜਿਹੜਾ ਹੈ ਬੜੀ ਸਪਸ਼ਟ ਹੈ ਕਿ ਇੱਕ ਤਾਂ ਜਥੇਦਾਰ ਸਾਹਿਬ ਨੇ ਜੋ ਤਨਖਾਹੀਆਂ ਕਰ ਤੇ ਉਸਦਾ ਕੀ ਮਤਲਬ ਕਿਉਂਕਿ ਤਨਖਾਹ ਜਿਹੜੀ ਹੈ ਉਹ ਧਾਰਮਿਕ ਤਾਂ ਰਹੀ ਨਹੀਂ ਸੀ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਅਕਾਲੀ ਦਲ ਜਿਹੜੇ ਲੋਕ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਨਾਲ ਜੁੜੇ ਹੋਏ ਨੇ ਉਹਨਾਂ ਦਾ ਜਿਹੜਾ ਪ੍ਰਭਾਵ ਹੈ ਜੋ ਉਹਨਾਂ ਦਾ ਜਿਹੜਾ ਯਤਨ ਰਿਹਾ ਹੈ ਜੇ ਵਿਰਸਾ ਸਿੰਘ ਬਲਟੋਆ ਨੇ ਵੀ ਗੱਲ ਉਠਾਈ ਸੀ ਕਿ ਇਹਨੂੰ ਧਾਰਮਿਕ ਸਜ਼ਾ ਲਗਾ ਕੇ ਇਸ ਚੀਜ਼ ਨੂੰ ਮਤਲਬ ਖਤਮ ਕੀਤਾ ਜਾਏ
बच्चों के धार्मिक है ही नहीं जी, धार्मिक अग्ञता जो भी है सिंह साहब ने जो फैसला किया राजनीतिक फैसला है। और अकाल अकाल दूजी गल बाद चलाई गई हूँ भी है जी चलाई जा रही है कि अकाल तख्त साहब को राजसी फैसले लेने का कोई उन्होंने अधिकार खेत्र नहीं है, ये भी सारी गल गलत है। क्योंकि अकाल तख्त साहब पिछले समय तो जो 1920 अकाली दल बने है उदो भी सारा पोलीटिकली सारा फैसला लिया गया एस जी पी सी ने अकाल तख्त साहब ने, उस तो बाद लगातार अकाल तख्त साहब पंथ की जी समस्यावान ने राजनीति ने जुड़ी हुई वो टैकल करता रहे, चाहे मरन वर्दी सके मास्टर तारा सिंह का सके संत फतेह सिंह का उस तो बाद होर जो कुछ भी सारे बूटा सिंह ना संबंधित ज बरनाला साहब संबंधित सारे दर्शन सिंह उन्होंने फैसले लिए इन्होंने जी वो प्रेसीडेंट है ने। प्रोफेसर मनजीत सिंह उन्होंने भी किसी समय 94 फैसला लैके सारे अकाली दल इकट्ठा करके एक ढांचा बनाया से जिदा के दो धर्म बन गई पार्टी। तो मैं समझा कि इस वेले स्थिति एक तो यह है कि वह सुखबीर बादल का तनखाइया करार दिता गया वह राजनीतिक सजा की होगी मुद्दा यह है। दूसरी गल कि जो अकाली दल की जी रिवाइवल है वह बड़ा इंपोर्टेंट मुद्दा है कि सुखबीर बादल की सजा लगाने नाल उसनू मन के उस मुताबक फैसला लैके पासे हट जाएंगे या मतलब उन जिस तरीके ना सिंह साहब आदेश देंगे उन मनणगे। अकाली दल के सारे आगू इस गल लगातार कहते हैं कि जो अकाल तख्त साहब वालों फैसला होगा मनांगे, पर जो वह प्रैक्टिस आता है जो अमली रूप देने की गल करते हैं फिर वो थोड़ी जी बगावत कर जाते हैं, विरोध भी हो जाता है। सो दूजी गल यह है कि जथेदार साहब का यह फैसला प्रवान हो जाएगा। दूजी गल कि जिहड़े विद्वान ने उन्होंने की राय देंगे ने, क्यों गल बड़ी स्पष्ट है सुरिंदर जी, जो एक तुम मतलब विद्वानों बुला के उन्होंने को राय लेंदे हो तो नेचुरली गल बन जाती है कि जो राय लैन वाले ने रावान के उत्ते कि चलन गए जो कि रैलिश करके उन्होंने अपने फैसले से शामिल कर दे रावान। सो इस करके मैं समझा कि यह गल है। दूसरी गल जी है सुखविंदर जी वो बड़ी इंपोर्टेंट है जी मैं गल हूँ कर जा रहा थोड़े वो है कि जी अकाल तख्त साहब का जो गैप पिया हुआ ना जी अकाल तख्त सर्वोच्चता अगर लगे जथेदार साहबादी जी काम करते ढंगा बारे चाहे गुरबचन सिंह ने चाहे विदानकी जी ने चाहे उस तो बाद जो होर जथेदार रहे ने इस तरीके कोई वड्डा स्टैंड पंथ के हित के पंथक भावना अनुसार नहीं लेंदे रहे। गुरबचन सिंह ने जो फैसला लिया वो पंथक भावना अनुसार नहीं सीगा तो कौम ने स्वीकार नहीं किया। जथेदार साहब ने तीन फैसले बड़े इंपोर्टेंट ले बड़े इंपोर्टेंट एक जो उन्होंने पंथक भावना अनुसार सुखबीर सिंह बादल के गुनाहों की जी पोटेंसी है जी गंभीरता मुख रखते हुए जो उन्होंने उन तनखाइया करार दिता एक तो यह फैसला अकाल तख्त साहब की सर्वोच्चता के हक च गया है। दूसरा विरसा सिंह बलटोए के मामले जो कुछ भी उन्होंने फैसले किए जो आके बोले ज हरप्रीत सिंह बारे जो स्टैंड लिया श्रोमणी कमेटी में आदेश दिता गया उन्होंने अस्तीफा ना मंजूर किया जाए जो किया गया सारे हटा गया से एक तो वह फैसला बड़ा गंभीर है जी बड़ा वधिया है जेरा के सारे सिख पंथ ने स्वीकार किया। तीसरा जरा वो अकाल तख्त साहब की जी एजेंडे का है जो मतलब बंदी छोड़ दिवस से एक सुबह वेख्या होगा कि बड़ा उन्होंने एक सारा चौतरफी सारे इशूज लैके चाहे एकता का मुद्दा है चाहे पंजाब की उसारी का मुद्दा है चाहे पंथक उसारी का मुद्दा है चाहे अकाल तख्त साहब की जी है मतलब अकाली दल की सर्वाइवल का मुद्दा है सारे मुद्दे लैके उन्हें जो बंदी छोड़ दिवस से यह संदेश दिता है ना सुखविंदर जी वह दूजे संदेशा ना बिल्कुल हटवा है यानी वह स्पष्ट करता कि अकाल तख्त साहब का जो स्टैंड है या अकाल तख्त की भूमिका अज के सारी स्थिति की है। तो मैं समझा कि तीन दे चीज ना जी मैं महसूस करता कि जो धुंधलका अकाल तख्त साहब जथेदार साहब की वर्किंग छाया होया हट गया हूँ जो जथेदार साहब ने फैसले लेने ने तो एक गल बड़ी स्पष्ट है सुखविंदर जी को इस तो बैकवर्ड तो कर गए ने ना करना चाहिए है। जो तेन लै लेने इस वास्तव तो अगे जाएंगे ना जी तो जो विद्वान ने उन्होंने इस गल बारे देना है कि उन्होंने अकाल तख्त साहब की बांह कभी बनना ढाल कभी बनना है क्योंकि जो नुकसान भी बड़े हो गए कई लोग अपनी पर चाला चलनगे कई गला कुछ होगा ना जी अच्छे तो शुरुआत है। सो मैं समझा कि जी विद्वाना जो राय देनी चाहिए है अभी चलो देवे अपने तरीके कि इसलिए दो बैटल लाइनज सुखविंदर जी ड्रा हो गई हैं बड़ी स्पष्ट ने जो आप कहें कि कतारबंदी हो गई है राजसी कतारबंदी जी पंथक राजसी कतारबंदी वो ये है कि श्रोमणी अकाली दल का जो स्ट्रक्चर है वह एक व्यक्ति केंद्रित हो गया व्यक्तिगत व्यक्ति है तो अकाली दल है जे व्यक्ति नहीं तो अकाली दल नहीं ये जी गल आ गई है चाहे वह जिमनी चोणा चाहिए सामने जो उस तो पहला जिस तो जो उन्होंने सारी वर्किंग आ रही है कि वह कह सकता जरनैल एक ही है
इस गल बारे भी बड़ी स्पष्ट है कि अकाली दल को जनरल इको रह गया वह भी तनखाही है। सो इस बारे जी बैटल लाइन निकलता यह है कि वह सारे जे अकाली दल के आगू ने सारे ने जो बाकी बाकी जो वक्रा वक्रा दागी गल करते हैं जो दाग लगे हुए हैं वह अकाली दल के प्रधान सुखविंदर सिंह जी वह सुखबीर बादल की जी रिवाइवल है जाप रिस्थापित रिस्टैबलिशमेंट करना चाहते हैं कि किसी तरीके सुखबीर बादल ही संगत तलवार हो जाए। एक तो यह गल है जिस पास जथेदार साहब की गल है वह है कि वह अकाली दल को बचा चाहते हैं। अकाली दल की इतिहास अकाली दल की परंपरावान अकाली दल की लोड़ अकाली दल का एजेंडा अकाली दल का विजन अकाली दल लोगों दोबारा फिर जुड़ना यह किवें हो सकता है। यह बड़ा व्डा एजेंडा है जो अज के समय सारा कह लेकिन जथेदार साहब ने उदो तो फैसला कर देना है लेकिन अकाली दल की रिवाइवल किवें होएगी यह बड़ा व्डा मुद्दा है जिहड़ा कि साडे विद्वानां दी चर्चा चल रही है परां वी जाके गलबात किस तरह माहौल बनता है। सो मैं समझदा कि यह उड़ा मुट्टा है इस वास्ते जयदर साहब नूं विद्वानां दी और जिहड़े विद्वानां ने जो राय देनी है उस बारे भी स्पष्ट होना चाहीदा है होमवर्क करके आना चाहीदा है और बाद जदों जथेबंदियां दी ते संप्रदान विच सदनगे उहदे विच शायद यही एजेंडा होवेगा कि तुसीं साडी इह जो अकाली दल दी रिवाइवल विच तुसीं की योगदान पा सकदे किवें होना चाहीदा। मैं समझदा कि दो कतारबंदी हो चुकी है जिहड़ी कि जयदर साहब सामणे एजेंडा बण जाए। जी जी सिंह साहब जदों असीं अकाली दल दे रिवाइवल दी गल करदे हां क्योंकि जिहड़ा बादलां दा धड़ा उत्ते वार वार जिवें तुसीं कहा कि सुखबीर बादल बिना किसी लीडर मनदे ही नहीं श्रोमणी कमेटी दी इलैक्शन दे नतीजिआं च वी ओह सुखबीर बादल नूं थापड़ा दिंदे ने जां ओह उहनां नूं मतलब अपना जरनैल मन के चलदे ने तुहाडा की मनना है कि अकाली दल दा रिवाइवल की बादलां तों मुक्त हो के हुंदा क्योंकि लोकां दे विच वी जे जाणा है ना जिहड़े वर्कर ने जां जिहड़े इहनां दे वलंटियर ने उहनां दे विच जा के उत्थे सुखबीर बादल होणा दा होल्ड जां बादलां दा होल्ड किन्ना दा किन्ना कु है जां सुधार लहर वालिआं दा होल्ड किन्ना कु है जां पुराणी लीडरशिप कह लो कि इहनां नूं टकसाली कह लो कि इहनां दा होल्ड किन्ना कु है कि जथेदार साहब जे श्रोमणी अकाली दल नूं अपने हत्थां च लै लैण मतलब कि वह अपने ढंग दे नाल उहनूं जो पंथक रवायतां ने जां उह सिधांत अकाली दल दे जो एजेंडा उहदे मुताबक चलण मतलब कि जिवें उदों टोड़ा साहब दी गल चली सी ना कि प्रधान होर होणा चाहीदा श्रोमणी अकाली दल दा ते मुख मंत्री होणा पार्टी दा लीडर होणा उह इक वक्खरा होणा चाहीदा कि जथेदार साहब जे इहनूं अपने हत्थ विच लै लैण उहदे नाल अकाली दल दा रिवाइवल हो सकदा जां तुसीं की समझदे हो कि किस ढंग दे नाल अकाली दल नूं जे बादलां तों मुक्त वी करवाउणा है खेतरी पार्टी अगे रखना वह चीजा सन्मुख होया जाएगा। थोड़े काफी लंबे सवाल आ गए ने मैं इस एक करके लवांगा। सुखबीर मुद्दा यह है कि जी इसलिए वड्डी गल है जी कि अकाली दल के आगू जे ढुंडर साहब ने चाहे टीमा साहब ने गरेवाल साहब ने सारे पुटअप करते ना जी कि अकाली दल जो है ज आम लोगों की गल आती भी वो जो सुखबीर बादल ने जो उन्होंने लिगेसी है सुप्रकाश सिंह बादल की पार्टी चलाते हैं खर्चा चलता उन्होंने सारी पार्टी चला के रखते हैं उन्होंने समर्था है आर्थिक समर्था जी कि दूजिया को नहीं हैगी पर गल गलत है। पार्टियां पार्टी को फंड होंगे ने जी पार्टी फंड क्रिएट ही नहीं किए गए जी लोगों को पहुंचे नहीं गया लोगों ने किस तरीके ने पार्टी शक्तिशाली करना उस बारे सोचा नहीं गया एक भ्रांति पैदा करती गई कि सुखबीर बादल तो बगैर अकाली दल नहीं चल सकता पर जी जिस स्थिति पहुंच गए ना अकाली दल जिस हम हालात बने हुए ने हालात यह ने सुखविंदर जी के अकाली दल जी स्थिति अकाल सुखबीर बादल की बनी हुई है जी एक गल जी पत्थर से लीक समझनी चलनी चाहिए है कि जो तीन लगातार इलेक्शन अकाली दल हार गया होया है और सिख संगत ने सिख लोगों ने पंजाब वासियों ने पंथक वोट बैंक ने सारे वोट बैंक ने और रिजैक्ट करता अकाली दल मतलब जे जे सुखबीर बादल लीडरशिप है उसनों जो रिजैक्ट कर दिता होया है तो आज के अपना यह नवा तजर्बा किवें लागू किया जा सकता पुराया जा सकता है जथेदार साहब वालों के सुखबीर बादल की लीडरशिप हेठ ही यह जो अकाली दल रिवाइवल हो जाएगी जानता देखो जिमें आम तौर से वर्ल्ड पद्धर से भी होर देशों के भी गल है कि जो कोई पार्टी हार जाती है एक बार हार गई दूजी बारी हार गई तो जो प्रधान है वह नैतिक जिम्मेवारी लेंदा है आप ही पिछे हट जाते हैं इस्तीफा दे देंगे ने तो नवी लीडरशिप आ जाती है उसकी गल तो हो ही नहीं जी लै दे के जो 2008 तो 24 तक 16 साल हो गए हैं जो सुखबीर बादल लीडरशिप चल रही है तो एक तरह की उसनों चॉइस नहीं बन गई सिख पंथ की मजबूरी बनी हुई और कंपलशन भी उसनों मनना ही मनना है ये जे अकाली दल के वर्करस ने जो मतलब काडर है उन्होंने मन से बिठा दी गई गल लीडरशिप बाकी जो स्थिति बन गई हुई है
ਉਹਦੇ ਚ ਅਕਾਲੀ ਦਲ ਦਾ ਜਿਹੜਾ ਰਿਵਾਈਵਲ ਹੈ ਉਹ ਸੁਖਬੀਰ ਬਾਦਲ ਦੀ ਲੀਡਰਸ਼ਿਪ ਹੇਠ ਨਹੀਂ ਹੋ ਸਕਦਾ। ਇਸ ਬਾਰੇ ਮੈਂ ਤਾਂ ਤੁਹਾਨੂੰ ਗੱਲ ਕਰੀ ਰਾਜੀ। ਹੁਣ ਇੱਥੇ ਲੜਾਈ ਜਿਹੜੀ ਹੈ ਇੱਕ ਰਾਜਨੀਤਿਕ ਲੜਾਈ ਹੈ, ਇੱਕ ਪਾਸੇ ਪੰਥ ਦੀ ਲੜਾਈ ਹੈ। ਜਿਹਨੂੰ ਪੰਥ ਦੀ ਭਾਵਨਾ ਨੂੰ ਰਿਪ੍ਰੈਜੈਂਟ ਅਕਾਲ ਤਖ਼ਤ ਸਾਹਿਬ ਕਰਦੇ ਨੇ, ਹੋਰ ਧਿਰਾਂ ਕਰਦੀਆਂ ਨੇ। ਹੁਣ ਇੱਥੇ ਆ ਕੇ ਗੱਲ ਬੜੀ ਸਪਸ਼ਟ ਹੋ ਜਾਂਦੀ ਹੈ ਕਿ ਜਦੋਂ ਰਿਵਾਈਵਲ ਦਾ ਮੁੱਦਾ ਆਣੇ ਨਾ ਜੀ, ਤਾਂ ਕੀ ਅਕਾਲੀ ਦਲ ਦਾ, ਜਿਵੇਂ ਹੁਣ ਅਕਾਲੀ ਦਲ ਜਿਹੜਾ ਬਾਗੀ ਧੜਾ ਹੈ, ਉਹਨਾਂ ਦੇ ਕਾਗੂ ਨੇ ਕਿਹਾ ਹੈ ਕਿ ਜੇਕਰ ਸੁਖਬੀਰ ਬਾਦਲ ਅਸਤੀਫਾ ਦੇ ਦਿੰਦੇ ਨੇ ਤੇ ਸਾਰੇ ਇਕੱਠੇ ਉਹਨੂੰ ਤਿਆਰ ਹੈ। ਇੱਕ ਸਥਿਤੀ ਤਾਂ ਇਹ ਹੈ, ਜੇਕਰ ਸੁਖਬੀਰ ਬਾਦਲ ਹਾਲਾਤ ਨੂੰ ਮੁੱਖ ਰੱਖਦੇ ਹੋਏ ਆਪ ਅਸਤੀਫਾ ਦੇ ਦਿੰਦੇ ਨੇ ਔਰ ਉਹਨਾਂ ਨੇ ਜੋ ਸਜ਼ਾ ਲੱਗਦੀ ਹੈ ਉਸਨੂੰ ਭੁਗਤ ਲੈਂਦੇ ਨੇ, ਤਾਂ ਸੁਖਬੀਰ ਬਾਦਲ ਆਪਣੇ ਸਮੇਂ ਚੋਂ 5-4 ਸਾਲ ਜੋ ਬਹਿਣ ਲੱਗ ਜਾਂਦਾ ਹੈ ਜਾਂ ਉਹਨਾਂ ਨੂੰ ਜੋ ਸਜ਼ਾ ਲੱਗਦੀ ਹੈ, ਕੋਈ ਰਾਜਨੀਤਿਕ ਸਜ਼ਾ ਲੱਗਣੀ ਲੱਗਣੀ ਹੈ ਜੀ। ਉਸ ਵਾਸਤੇ ਜੇਕਰ ਇਸ ਤਰੀਕੇ ਨਾਲ ਹੋ ਜਾਂਦਾ ਹੈ ਤਾਂ ਅਕਾਲੀ ਦਲ ਚ ਏਕਤਾ ਹੋ ਸਕਦੀ ਹੈ। ਇਹ ਰਿਵਾਈਵ ਕਰ ਲੈਣ ਮੁੱਦੇ ਜਾਂ ਰਿਵਾਈਵਲ ਵਾਸਤੇ ਜੋ ਹੋਰ ਚੀਜ਼ ਦੀ ਲੋੜ ਹੈ ਉਸ ਨੂੰ ਮੁੱਖ ਰੱਖਦੇ ਹੋਏ ਉਹ ਕਰ ਲੈਣ ਤਾਂ ਠੀਕ ਹੈ, ਆਪਾਂ ਸਮਝ ਸਕਦੇ ਹਾਂ ਕਿ, ਪਰ ਉਹ ਵੀ ਫਿਰ ਅੱਗੇ ਆ ਕੇ ਲੋਕਾਂ 'ਤੇ ਡਿਪੈਂਡ ਕਰਦਾ ਹੈ ਕਿ ਲੋਕ ਇਹਨਾਂ ਦੀ ਉਸ ਸਟਰਕਚਰ ਨੂੰ, ਉਸ ਰਿਫਾਈਨ ਸਟਰਕਚਰ ਨੂੰ ਸਵੀਕਾਰ ਕਰ ਲੈਣਗੇ। ਜਿਹੜੀ ਬਦਲਵੀ ਲੀਡਰਸ਼ਿਪ ਅਕਾਲੀ ਦਲ 'ਚ ਆਏਗੀ ਸੁਖਬੀਰ ਬਾਦਲ ਤੋਂ ਬੈਠ ਹਟ ਵੀ ਕਿ ਲੋਕ ਸਵੀਕਾਰ ਕਰ ਲੈਣਗੇ, ਇਹ ਮੁੱਦਾ ਹੈ। ਦੂਸਰਾ ਮੁੱਦਾ, ਅਗਰ ਇਸ ਨੂੰ ਅਸੀਂ ਰੀਅਲੀ ਤੌਰ 'ਤੇ ਸੱਚਮੁੱਚ ਰੂਪ ਦੇ ਵਿੱਚ ਨਵਾਂ ਫਰੈਸ਼ ਖੂਨ ਦੇਣਾ ਚਾਹੁੰਦੇ ਹਾਂ, ਫਰੈਸ਼ ਜਿਹੜਾ ਏਜੰਡਾ ਦੇਣਾ ਚਾਹੁੰਦੇ ਹਾਂ, ਫਰੈਸ਼ ਤਾਕਤ ਦੇਣਾ ਚਾਹੀਦਾ ਅਕਾਲੀ ਦਲ ਨੂੰ, ਤਾਂ ਉਹ ਸਾਡੇ ਮੁਤਾਬਕ ਮੇਰੇ ਸਾਹਮਣੇ ਦੋ ਮਾਡਲ ਨੇ ਭਾਈ ਸਾਹਿਬ। ਇੱਕ ਤਾਂ ਜੀ ਮੈਂ ਗੱਲ ਕਰ ਬੈਠਾ ਵੀ ਏਕਤਾ ਹੋ ਜਾਏ, ਉਹਦੇ 'ਚ ਪ੍ਰੈਸ਼ਰ ਮਨਜੀਤ ਸਿੰਘ ਹੋਰਾਂ ਨੇ ਕੀ ਕੀਤਾ 94 ਦੇ ਵਿੱਚ, ਕਿ ਜਦੋਂ ਉਹਨਾਂ ਨੇ ਇਹੋ ਜਿਹਾ ਪ੍ਰੈਸ਼ਰ ਬਣ ਗਈ ਸਾਰਾ ਸੰਗਤਾਂ ਦਮਦਮਾ ਸਾਹਿਬ ਦੇ ਵਿੱਚ, ਜਦੋਂ ਅਕਾਲੀ ਆਗੂਆਂ ਨੇ ਜਦੋਂ ਇਕੱਠੇ ਹੋਏ ਸੀ, ਸਿਮਰਤ ਸਿੰਘ ਮਾਨ ਵਗੈਰਾ ਸਾਰੇ ਇਕੱਠੇ ਹੋਏ ਸੀ, ਇਹਨਾਂ ਨੇ ਇਸ ਗੱਲ ਬਾਰੇ ਫਿਲਹਾਲ ਹਾਲਾਤ ਬਣਾਤੇ ਕਿ ਸਾਨੂੰ ਇਕੱਠਿਆਂ ਕਰੋ। ਅਕਾਲੀ ਦਲ ਦੇ ਆਗੂਆਂ ਦੀ ਡਿਮਾਂਡ 'ਤੇ ਇਹਨਾਂ ਨੇ ਇਕੱਠਿਆਂ ਕੀਤਾ ਸੀਗਾ। ਅੱਜ ਸਥਿਤੀ ਇਹ ਹੈ ਕਿ ਅਕਾਲੀ ਦਲ ਨੂੰ ਇਕੱਠਾ ਹੋਣ ਵਾਸਤੇ ਸਕਾਲ ਤੱਕ ਸਭ ਕਹਿ ਰਹੇ ਨੇ। ਮੈਂ ਦੂਜੇ ਤਰ੍ਹਾਂ ਦੀ ਗੱਲ ਨਹੀਂ ਕਰ ਰਹੀ, ਦੂਜੇ ਅਕਾਲੀ ਦਲ ਦੀ ਗੱਲ ਨਹੀਂ ਕਰ ਰਿਹਾ, ਚਾਹੇ ਮਾਂ ਨੇ ਚਾਹੇ ਹੋਰ ਨੇ। ਹੁਣ ਜਦੋਂ ਅਕਾਲੀ ਦਲ ਦੀ ਏਕਤਾ ਬਾਰੇ ਗੱਲ ਕਰਦੇ ਨੇ ਸਿੰਘ ਸਾਹਿਬ ਆਪਣੇ ਬੰਦੀ ਛੋੜ ਦਿਵਸ ਦੇ ਵਿੱਚ, ਤਾਂ ਉਹ ਇੱਕ ਗੱਲ ਸਪਸ਼ਟ ਹੋਣੀ ਬੜੀ ਜ਼ਰੂਰੀ ਸੀਗੀ ਕਿ ਹੈ ਕਿ ਅਕਾਲੀ ਦਲ ਦੇ ਆਗੂ ਕੀ ਇਸ ਚੀਜ਼ ਨੂੰ ਤਿਆਰ ਨੇ, ਔਰ ਉਹ ਕਹਿੰਦੇ ਨੇ ਕਿ ਸੁਖਬੀਰ ਬਾਦਲ ਦੀ ਅਸਤੀਫਾ ਦੇ ਕੇ ਤਾਂ ਅਸੀਂ ਤਿਆਰ ਹੋਵਾਂਗੇ, ਇੱਕ ਤਸਦੀਕ ਬਣ ਸਕਦੀ ਹੈ। ਫਿਰ ਉਹਦੇ ਨਾਲ ਸ਼ਰਤ ਇਹ ਵੀ ਕਿ ਸਖਤਾਂ ਜਾਣਗੇ, ਨਵੇਂ ਏਜੰਡਾ ਲੈ ਕੇ ਪੰਜਾਬ ਪ੍ਰਸਤੀ ਜਾਂ ਜਿਹੜਾ ਹੋਰ ਅਕਾਲ ਤਖ਼ਤ ਸਾਰਾ ਇਸ਼ੂ ਲੈ ਕੇ ਆਣਗੇ। ਦੂਸਰੀ ਗੱਲ ਇਹ ਹੈ ਕਿ ਅਗਰ ਫਰਜ਼ ਕਰ ਲਓ ਅਕਾਲੀ ਦਲ ਦੀ ਸਰਵਾਈਵਲ ਵਾਸਤੇ, ਜਿਹੜੀ ਅੱਜ ਵਿਦਵਾਨਾਂ 'ਚ ਗੱਲ ਚੱਲ ਰਹੀ ਹੈ, ਅਸੀਂ ਇਸ ਚੀਜ਼ ਨੂੰ ਲਿਖ ਕੇ ਲੈ ਕੇ ਜਾਵਾਂਗੇ ਕਿ ਅਕਾਲ ਤਖ਼ਤ ਸਾਹਿਬ, ਦੇਖੋ ਅਕਾਲ ਤਖ਼ਤ ਸਾਹਿਬ ਹਮੇਸ਼ਾ ਇੰਟਰਵਿਊ ਕਰਦਾ ਰਿਹਾ ਹੈ, ਕੋਈ ਦੋ ਰਾਵਾਂ 'ਚ ਡਿਸਕਸ ਕਰਨ ਦੀ ਲੋੜ ਨਹੀਂ ਆਪਾਂ ਨੂੰ। ਅਕਾਲ ਤਖ਼ਤ ਸਾਹਿਬ ਦੀ ਅਸਲੀ ਜ਼ਿੰਮੇਵਾਰੀ ਬਣ ਗਈ ਹੋਈ ਹੈ। ਅਕਾਲ ਤਖ਼ਤ ਸਾਹਿਬ ਵੱਲੋਂ ਅਗਰ ਸਾਰਿਆਂ ਨੇ ਇਹ ਜਿਹੜੇ ਵਿਦਵਾਨਾਂ ਦੀ ਰਾਏ ਨਾਲ ਜਾਂ ਹੋਰ ਜਿਹੜੀ ਸਾਰੀ ਜਥੇਬੰਦੀਆਂ ਮੀਟਿੰਗ ਸੱਦਣਗੇ, ਅਗਰ ਕੋਈ 5-7 ਮੈਂਬਰੀ ਨਿਰਪੱਖ ਲੋਕਾਂ ਦੇ ਆਧਾਰ ਤੇ, ਸਿੱਖਾਂ ਗੁਰਸਿੱਖਾਂ ਦੇ ਆਧਾਰ ਤੇ ਇੱਕ ਕਮੇਟੀ ਬਣ ਜਾਂਦੀ, ਜਿਹਨੂੰ ਮੈਂ ਅਕਾਲੀ ਦਲ ਪੁਨਰ ਸੁਜੀਤੀ ਪੈਨਲ ਕਹਿੰਦਾ, ਅਗਰ ਇਸ ਤਰੀਕੇ ਨਾਲ ਕੋਈ ਪੈਨਲ ਬਣ ਜਾਂਦਾ ਹੈ ਔਰ ਉਸ ਨੂੰ ਅਕਾਲ ਤਖ਼ਤ ਸਾਹਿਬ ਨੂੰ ਇਹ ਜ਼ਿੰਮੇਵਾਰੀ ਲਗਾਈ ਜਾਂਦੀ ਹੈ ਸੁਖਵਿੰਦਰ ਜੀ ਕਿ ਉਹ 6 ਮਹੀਨੇ ਦੇ ਵਿੱਚ ਜਾਂ ਕੁਛ ਸਮੇਂ ਦੇ ਵਿੱਚ ਅਕਾਲੀ ਦਲ ਦੀ ਨਵੀਂ ਭਰਤੀ ਕਰੇ, ਅਕਾਲੀ ਦਲ ਨਵੀਂ ਭਰਤੀ ਹਾਵੇ, ਉਹ 'ਚ ਨੌਜਵਾਨਾਂ ਨੂੰ ਇੱਥੇ ਥਾਂ ਦਿੱਤੀ ਜਾਵੇ, ਸਾਰਿਆਂ ਨੂੰ ਥਾਂ ਜੋ ਮਤਲਬ ਅਕਾਲੀ ਦਲ ਫਰੈਸ਼ ਬਲੱਡ ਚਾਹੀਦਾ ਹੈ, ਭਰਤੀ ਕਰਕੇ ਇੱਕ ਮੈਂਬਰਸ਼ਿਪ ਬਣਾਵੇ, ਉਸ ਮੈਂਬਰਸ਼ਿਪ ਦੇ ਆਧਾਰ ਤੇ ਪਿੰਡ ਪੱਧਰ ਲੈ ਕੇ ਜ਼ੋਨ ਪੱਧਰ ਤੇ ਔਰ ਜ਼ਿਲ੍ਹਾ ਪੱਧਰ, ਤਹਿਸੀਲ ਪੱਧਰ ਤੇ ਜ਼ਿਲ੍ਹਾ ਪੱਧਰ ਡੈਲੀਗੇਟ ਬਣਾਏ ਜਾਣ, ਉਹ ਪ੍ਰੋਸੈਸ ਲੈਣਾ ਪਏਗਾ। ਡੈਲੀਗੇਟ ਬਣ ਕੇ ਜੀ ਫਿਰ ਉਹਨਾਂ ਦਾ ਡੈਲੀਗੇਟ ਹਾਊਸ ਬਣ ਸੱਦਿਆ ਜਾਏ, ਇਹ ਉਸ ਕਮੇਟੀ ਦੀ ਜ਼ਿੰਮੇਵਾਰੀ ਬਣ ਜਾਏਗੀ ਕਿ ਉਹ ਡੈਲੀਗੇਟ ਹਾਊਸ ਸੱਦੇ ਔਰ ਉਹ ਡੈਲੀਗੇਟ ਹਾਊਸ ਵਿੱਚੋਂ ਇੱਕ ਨਵਾਂ ਪ੍ਰਧਾਨ ਤੇ ਨਵੀਂ ਸਟਰਕਚਰ ਨਿਕਲੇ ਅਕਾਲੀ ਦਲ ਦੀ, ਇੱਕ ਮਾਡਲ ਇਹ ਹੈ। ਇਸ ਮਾਡਲ ਨੂੰ ਅਗਰ ਫਰਜ਼ ਕਰ ਲਓ ਅਕਾਲ ਤਖ਼ਤ ਜਥੇਦਾਰ ਸਾਹਿਬ ਇਸ ਬਾਰੇ ਕਨਵਿੰਸ ਹੋ ਕੇ ਇਸ ਨੂੰ ਚੱਲ ਪੈਂਦੇ ਨੇ ਔਰ ਸਾਰਿਆਂ ਦੀ ਜਿਹੜੀ ਹੈ ਸਹਾਇਤਾ, ਸਾਰਾ ਸਹਿਯੋਗ ਮਿਲ ਜਾਂਦਾ ਹੈ, ਤਾਂ ਅਕਾਲੀ ਦਲ ਨਵਾਂ ਸੁਰਜੀਤ ਹੋ ਜਾਏਗਾ। ਔਰ ਫਿਰ ਸਮੱਸਿਆ ਆ ਜਾਂਦੀ ਹੈ ਵੀ ਕੀ ਸਾਰੇ ਕੋਆਪਰੇਟ ਕਰਨਗੇ, ਕਿਉਂਕਿ ਰਾਜਨੀਤਿਕ ਦੀ ਪ੍ਰੋਬਲਮ ਵੀ ਹੈ ਜੀ, ਜਿਹੜੀ ਰਾਜਨੀਤਿਕਾਂ ਦੀ ਪ੍ਰੋਬਲਮ, ਉਹਨਾਂ ਨੇ ਆਪਣੀ ਸਰਵਾਈਵਲ ਦੇਖਣੀ ਹੁੰਦੀ ਹੈ ਕਿ ਅਸੀਂ ਵੀ ਸਰਵਾਈਵ ਕਰਾਂਗੇ ਉਹਦੇ 'ਚ। ਜੇ ਤੁਸੀਂ ਸੁਖਬੀਰ ਬਾਦਲ ਦੇ ਨਾਲ ਜਿਹੜੇ ਅਕਾਲੀ ਦਲ ਨੇ ਉਹ ਵੇਖੋਗੇ ਤਾਂ ਜਿਹੜੇ ਬਾਗੀ ਦਲ ਨੇ ਉਹ ਵੀ ਤਾਂ ਅਕਾਲੀ ਦਲ ਰਾਜਨੀਤਿਕ ਹੀ ਨੇ, ਉਹਨਾਂ ਨੇ ਆਪਣੀ ਸਰਵਾਈਵਲ ਵੇਖਣੀ ਆ, ਉਹਨਾਂ ਨੇ ਕੀ ਕੋਆਪਰੇਟ ਕਰਨਗੇ। ਸੋ ਮੈਂ ਸਮਝਦਾ ਕਿ ਉੱਥੇ ਜਾ ਕੇ ਜਥੇਦਾਰ ਸਾਹਿਬ ਨੂੰ ਇੱਕ ਹੋਰ ਬੋਲਡ ਫੈਸਲਾ ਲੈਣਾ ਪਏਗਾ ਕਿ ਸਾਰਿਆਂ ਨੂੰ ਇਹ ਕਹਿਣ ਕਿ ਤੁਸੀਂ ਅਸਤੀਫੇ ਦਿਓ ਆਪਣੇ ਸਾਰੇ, ਅਕਾਲ ਤਖ਼ਤ ਸਬਮਿਟ ਕਰੋ, ਇੱਕ ਆਮ ਸਧਾਰਨ ਵਰਕਰ ਬਣ ਜਾਓ ਅਕਾਲੀ ਦਲ ਦੇ, ਔਰ ਇਹ ਜਿਹੜੀ ਕਮੇਟੀ ਬਣਾਈ ਜਾ ਰਹੀ ਹੈ ਇਹਦਾ ਇਹਨੂੰ ਸਹਿਯੋਗ ਕਰੋ, ਜ਼ਿਲ੍ਹਾ ਪੱਧਰ ਤੇ, ਤਹਿਸੀਲ ਪੱਧਰ ਤੇ, ਸਾਰਾ ਪੰਥ ਇਸ ਗੱਲ ਵਿੱਚ ਇੱਕ ਚਾਅ ਪੈਦਾ ਹੋਵੇ, ਇੱਕ ਉਤਸ਼ਾਹ ਪੈਦਾ ਹੋਵੇ ਵੀ ਨਵੀਂ ਭਰਤੀ ਖੁੱਲ ਗਈ ਹੈ ਔਰ ਸਾਰੇ ਦੇ ਪੁਰਾਣੇ ਡੈਲੀਗੇਟ ਹਾਊਸ ਨੇ, ਪੁਰਾਣੀ ਕਾਰਜਕਾਰਨੀ ਨੇ, ਕੋਰ ਕਮੇਟੀ ਸਭ ਭੰਗ ਹੋ ਜਾਣ, ਫਿਰ ਜਿਹੜਾ ਹੈ ਅਕਾਲੀ ਦਲ ਦੀ ਰਿਵਾਈਵਲ ਜਿਹੜੀ ਹੈ ਵੱਟ 'ਤੇ ਪਈ ਹੈ ਜੀ। ਸੋ ਮੈਂ ਸਮਝਦਾ ਕਿ ਅਗਰ ਜਥੇਦਾਰ ਸਾਹਿਬ ਇਸ ਤਰੀਕੇ ਨਾਲ ਕੋਈ ਬੋਲਡ ਫੈਸਲਾ ਲੈ ਲੈਣ ਔਰ ਸਾਰਿਆਂ ਦਾ ਸਹਿਯੋਗ ਲੈ ਲੈਣ, ਤਾਂ ਮੈਂ ਸਮਝਦਾ ਕਿ ਅਕਾਲੀ ਦਲ ਜਿਹੜਾ ਹੈ ਇਹ ਬੜਾ ਵੱਡਾ ਇੱਕ ਸ਼ਕਤੀ ਲੈ ਕੇ ਉਭਰੇਗਾ ਔਰ ਸਿੱਖ ਸੰਗਤਾਂ ਦੀ ਪੂਰੀ ਪ੍ਰਵਾਨਗੀ ਮਿਲ ਜਾਏਗੀ, ਅਕਾਲ ਤਖ਼ਤ ਸਾਹਿਬ ਜਿਹੜਾ ਉਹ ਬੜੀ ਵੱਡੀ ਇੱਕ ਸ਼ਕਤੀ ਲੈ ਕੇ ਹੋਰ ਉਭਰੇਗਾ। ਇਹ ਮੈਂ ਸਮਝਦਾ ਕਿ ਇੱਕ ਮਾਡਲ ਇਹ ਬਣ ਸਕਦਾ।
ਜਿਹੜਾ ਧੁੰਦਲਕਾ ਬਣਿਆ ਹੋਇਆ ਕਿ ਫਿਰ ਜਥੇਦਾਰ ਦੀ ਨਿਯੁਕਤੀ ਕਿਵੇਂ ਹੋਈ ਸੀ ਇਹਨਾਂ ਦੀ ਜਾਂ ਇਦੋਂ ਪਹਿਲਾਂ ਕੀ ਕੁਝ ਚੱਲਦਾ ਰਿਹਾ ਗਿਆ ਨਹੀਂ ਹਰਪ੍ਰੀਤ ਸਿੰਘ ਨੂੰ ਲੈ ਕੇ ਤਾਂ ਅੱਜ ਵੀ ਮੰਟੂਆ ਸਾਹਿਬ ਦੇ ਸਵਾਲ ਬਰਕਰਾਰ ਨੇ ਉਹ ਜਾ ਕੇ ਅਰਦਾਸੇ ਕਰਦੇ ਨੇ ਅਕਾਲ ਤਖਤ ਸਾਹਿਬ ਤੇ ਤਾਂ ਉਹ ਲੋਕਾਂ ਦੇ ਮਨਾਂ ਵਿੱਚੋਂ ਕਿਵੇਂ ਉਸ ਚੀਜ਼ ਨੂੰ ਦੂਰ ਕੀਤਾ ਜਾਏਗਾ ਜਿਵੇਂ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਹਰਜਿੰਦਰ ਧਾਮੀ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਸਲਾਹਕਾਰ ਬੋਰਡ ਲਾਵਾਂਗੇ ਸ਼ਾਇਦ 11 ਮੈਂਬਰੀ ਦਾ ਜ਼ਿਕਰ ਕੀਤਾ ਉਹਨੂੰ ਲੈ ਕੇ ਵੀ ਕਾਫੀ ਰੌਲਾ ਰੱਪਾ ਪਿਆ ਤਾਂ ਇੱਕ ਜਿਹੜੀ ਭਰੋਸੇਯੋਗਤਾ ਹੈ ਨਾ ਕਿ ਤੁਸੀਂ ਸਾਰਾ ਕੁਝ ਆਪਣੇ ਵੱਲੋਂ ਬਹਾਲ ਕਰਨ ਦੀ ਕੋਸ਼ਿਸ਼ ਕਰੋਗੇ ਕਿ ਇੱਦਾਂ ਇੱਦਾਂ ਚੀਜ਼ਾਂ ਫਿੱਟ ਹੋ ਜਾਣ ਪਰ ਫਿਰ ਵੀ ਲੋਕ ਕਿਵੇਂ ਉਹਨਾਂ ਚੀਜ਼ਾਂ ਦੇ ਉੱਤੇ ਇਤਬਾਰ ਕਰਨਗੇ ਦੇਖੋ ਸੁਖਵਿੰਦਰ ਜੀ ਗੱਲ ਬੜੀ ਸਪਸ਼ਟ ਹੈ ਕਿ ਜੋ ਇਹ ਬਿਰਸਾ ਸਿੰਘ ਵਲਟੋਵੇ ਦਾ ਮੁੱਦਾ ਆਇਆ ਜਾਂ ਜਗਜੀਤ ਚੋਣਾ ਦਾ ਮੁੱਦਾ ਆਇਆ ਜੋ ਸਲਾਹਕਾਰ ਬੋਰਡ ਬਣਾਇਆ ਗਿਆ ਇਹ ਸਾਰੇ ਉਹਨਾਂ ਦੇ ਲੀਡਸ ਨੇ ਉਹਨਾਂ ਦੇ ਪੱਤੇ ਨੇ ਅਕਾਲੀ ਦਲ ਦੇ ਪੱਤੇ ਨੇ ਉਹ ਪੱਤੇ ਇਸ ਕਰਕੇ ਖੇਡ ਰਿਹਾ ਕਿਉਂਕਿ ਅਕਾਲੀ ਦਲ ਪਹਿਲੀ ਵਾਰ ਸੁਖਵਿੰਦਰ ਜੀ ਅਕਾਲ ਤਖ਼ਤ ਸਾਹਿਬ ਨਾਲ ਟਕਰਾ ਚ ਆ ਗਿਆ ਅਕਾਲੀ ਦਲ ਹਮੇਸ਼ਾ ਜਿਹੜੇ ਇਹ ਮੰਨ ਕੇ ਚੱਲਦਾ ਸੀਗਾ ਕਿ ਜਥੇਦਾਰ ਸਾਹਿਬ ਸਾਡੇ ਕਹਿਣੇ ਚ ਨੇ ਮਤਲਬ ਕਿਸੇ ਵੀ ਮਤਲਬ ਫੈਸਲਾ ਲੈਣਾ ਜਿਵੇਂ ਗੁਰਬਚਨ ਸਿੰਘ ਨੂੰ ਫੈਸਲਾ ਕਰਵਾ ਲਿਆ ਉਹ ਮੰਨ ਕੇ ਚੱਲ ਗਏ ਟਕਰਾਓ ਵੀ ਐਸਾ ਆਇਆ ਕਿ ਬੜੀ ਗੰਭੀਰ ਸਥਿਤੀਆਂ ਵਿੱਚ ਆਇਆ ਜੀ ਉਹਦੇ ਵਿੱਚ ਫਿਰ ਅਕਾਲੀ ਦਲ ਨੇ ਜਿਹੜਾ ਸਟ੍ਰੈਟਜੀ ਵਰਕ ਆਊਟ ਕੀਤੀ ਨਾ ਸੁਖਵਿੰਦਰ ਜੀ ਉਹ ਸੀ ਜਥੇਦਾਰਾਂ ਦੇ ਦਬਾਅ ਪਾਉਣ ਦਾ ਡਾਇਰੈਕਟ ਬਾਹਰ ਰਣਜੀਤ ਸਿੰਘ ਉੱਥੇ ਨਹੀਂ ਪਾ ਸਕੇ ਉਹਨਾਂ ਨੇ ਹਰਪ੍ਰੀਤ ਸਿੰਘ ਨੂੰ ਚੁਣਿਆ ਚਾਹੇ ਉਹ ਵਿਰਸਾ ਸਿੰਘ ਮਿਲਟੋਆ ਹੈ ਜਾਂ ਉਸ ਤੋਂ ਬਾਅਦ ਜੋ ਅਰਦਾਸ ਕੀਤੀ ਜਾਂ ਉਹਨਾਂ ਨੇ ਸਾਰਾ ਕੀਤਾ ਨਾ ਜੀ ਸੋ ਇਸ ਕਰਕੇ ਜਿਹੜੀ ਐਨਟੀਪੀਸੀ ਇਲੈਕਸ਼ਨ ਹੈ ਉਹ ਵੀ ਉਹਨਾਂ ਦਾ ਪੱਤਾ ਹੈ ਸਟ੍ਰੈਟਜੀ ਹੈ ਵਿਰਸਾ ਸਿੰਘ ਮਿਲਟੋਆ ਰਾਹੀਂ ਹਰਪ੍ਰੀਤ ਸਿੰਘ ਨੂੰ ਦਬਾਅ ਪਾਉਣਾ ਉਹ ਦਬਾਅ ਹਰਪ੍ਰੀਤ ਸਿੰਘ ਤੇ ਪਾਇਆ ਜਾ ਰਿਹਾ ਲੇਕਿਨ ਅਸਲ ਚ ਉਹ ਐਡਰੈਸ ਹਰਵੀਰ ਸਿੰਘ ਨੂੰ ਕਰ ਰਹੇ ਸੀਗੇ ਜਿਵੇਂ ਦੇਖੋ ਨਾ ਹਰਵੀਰ ਸਿੰਘ ਮਿਲਟੋਆ ਜਾ ਕਹਿੰਦੇ ਕਿ ਜੇਕਰ ਕੋਈ ਹੋਰ ਨੇ ਉੱਠੇ ਉਹਨਾਂ ਮੈਂ ਖੰਡਾ ਖੰਡ ਕਹਾਂਗਾ ਇਹ ਦਬਾਅ ਮਤਲਬ ਧਮਕੀ ਹੈ ਇੱਕ ਤਰ੍ਹਾਂ ਜਥੇਦਾਰ ਸਾਹਿਬ ਨੂੰ ਸੋ ਇਸ ਚੀਜ਼ ਨੇ ਸਾਰਾ ਉਹਨਾਂ ਦੀ ਬੈਕਫਾਇਰ ਹੋ ਗਿਆ ਸਾਰਾ ਕੁਛ ਉਹ ਬੈਕਫਾਇਰ ਹੋਣ ਦਾ ਨੁਕਸਾਨ ਸੁਖਵੀਰ ਸਿੰਘ ਦਾ ਹੋਰ ਹੋ ਗਿਆ ਸੋ ਮੈਂ ਸਮਝਾ ਕਿ ਇਹ ਜਿਹੜੀ ਸਾਰੀ ਸਟ੍ਰੈਟਜੀ ਹੈ ਇਹ ਅਕਾਲੀ ਦਲ ਨੇ ਜੋ ਕੁਛ ਵੀ ਪਿਛਲੇ ਇਹਨਾਂ ਦਿਨਾਂ 'ਚ ਕੀਤਾ ਉਸ ਨਾਲ ਇਹਦਾ ਜਿਹੜਾ ਕੇਸ ਹੈ ਹੋਰ ਖਰਾਬ ਹੋ ਗਿਆ ਸੰਗਤਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਵਿਰਸਾ ਸਿੰਘ ਵਲਟੋਵਾ ਨੂੰ ਸੁਖਵਿੰਦਰ ਜੀ ਕਿਸੇ ਨੇ ਸਪੋਰਟ ਨਹੀਂ ਕੀਤਾ ਭਾਵੇਂ ਉਹ ਕਹੀ ਗਏ ਸੋ ਮੈਂ ਸਮਝਾ ਕਿ ਇਸ ਲਈ ਬੜੀ ਗੱਲ ਸਪਸ਼ਟ ਹੈ ਜਿਹੜੀ ਤੁਸੀਂ ਗੱਲ ਕਰਦੇ ਹੋ ਧਾਰਮਿਕ ਸਲਾਹਕਾਰ ਬੋਰਡ ਦੀ ਸਲਾਹਕਾਰ ਬੋਰਡ ਦੀ ਉਹਨਾਂ ਨੂੰ ਬੈਕਆਊਟ ਕਰਨਾ ਪਿਆ ਟਾਈਮਿੰਗ ਦੇਖੋ ਨਾ ਭਾਈ ਸਾਹਿਬ ਕੀ ਹੈ ਕਿ ਟਾਈਮਿੰਗ ਦੇ ਵਿੱਚ ਧਾਮੀ ਸਾਹਿਬ ਮਾਈਕ ਖੁੱਲਾ ਹੋਇਆ ਉਹ ਮਾਈਕ ਖੁੱਲੇ ਦੇ ਵਿੱਚ ਕਹਿ ਰਹੇ ਨੇ ਰਣਵੀਰ ਸਿੰਘ ਨੂੰ ਤੁਹਾਡਾ ਕੰਮ ਹੋਰ ਆਸਾਨ ਕਰਤਾ ਐਡਵਾਈਜ਼ਰੀ ਬੋਰਡ ਬਣਾ ਰਹੇ ਹਾਂ ਭਾਵੇਂ ਐਡਵਾਈਜ਼ਰੀ ਬੋਰਡ ਪਹਿਲਾਂ ਵੀ ਰਿਹਾ ਔਰ ਉਹ ਮਤਲਬ ਉਸਦਾ ਜਿਹੜਾ ਟਾਈਮਿੰਗ ਤੋਂ ਮੈਸੇਜ ਹੀ ਗਿਆ ਕਿ ਉਹ ਸੁਖਬੀਰ ਬਾਦਲ ਦੇ ਜਾਂ ਅਕਾਲੀ ਦਲ ਦੇ ਕਹਿਣ ਦੇ ਉੱਤੇ ਜਥੇਦਾਰ ਸਾਹਿਬ ਨੂੰ ਦਬਾਅ ਪਾਉਣਗੇ ਐਡਵਾਈਜ਼ਰੀ ਬੋਰਡ ਦੇ ਰਾਹੀਂ ਕਿ ਉਹ ਫੈਸਲਾ ਠੀਕ ਕਰਨ ਸੋ ਮੈਂ ਸਮਝਦਾ ਕਿ ਇਹ ਸਾਰਾ ਕੁਝ ਜਿਹੜੀ ਹੈ ਸਾਰੇ ਜਿਹੜੇ ਪੱਤੇ ਇਹਨਾਂ ਦੇ ਖਰਾਬ ਗਏ ਨੇ ਸਟ੍ਰੈਟਜੀ ਫੇਲ ਹੋ ਗਈ ਹੈ ਔਰ ਇਸ ਵੇਲੇ ਜਿਹੜੀ ਹੈ ਬਿਲਕੁਲ ਡਿਫੈਂਸਿਵ ਤੇ ਅਕਾਲੀ ਦਲ ਔਰ ਐਚਜੀਪੀਸੀ ਤਾਂ ਕਿ ਜਥੇਦਾਰ ਸਾਹਿਬ ਜੋ ਫੈਸਲਾ ਲੈ ਲਿਆ ਹੈ ਔਰ ਜੋ ਵਿਦਵਾਨਾਂ ਨੂੰ ਸੱਦਿਆ ਹੈ ਉਹਦੇ ਡਿਪੈਂਡ ਕਰਦਾ ਜੀ ਹੁਣ ਕਿ ਵਿਦਵਾਨ ਕੀ ਰਾਏ ਦਿੰਦੇ ਨੇ ਔਰ ਜਥੇਬੰਦੀਆਂ ਕੀ ਰਾਏ ਦਿੰਦੀਆਂ ਨੇ ਗੁਰਬਚਨ ਸਿੰਘ ਨੂੰ ਬੁਲਾਇਆ ਜਾਂਦਾ ਕਿ ਨਹੀਂ ਬੁਲਾਇਆ ਜਾਂਦਾ ਜਥੇਦਾਰ ਸਾਹਿਬ ਸਾਰਿਆਂ ਦੀ ਰਾਏ ਸੁਣ ਕੇ ਕੀ ਫੈਸਲਾ ਲੈਂਦੇ ਨੇ ਕਿਉਂਕਿ ਇਹ ਗੱਲ ਕੋਈ ਥੋੜੇ ਸਮੇਂ 'ਚ ਫੈਲ ਹੋਣ ਵਾਲੀ ਨਹੀਂ ਭਾਈ ਸਾਹਿਬ ਇਹ ਲੰਮਾ ਪ੍ਰੋਸੈਸ ਚੱਲੇਗਾ ਅਕਾਲੀ ਦਲ ਦੀ ਰਿਵਾਈਵਲ ਦਾ ਪਹਿਲਾਂ ਤਾਂ ਸਜਾਵਾਂ ਦੇਣ ਦਾ ਦੂਜੀ ਗੱਲ ਜਿਹੜੀ ਬੜੀ ਇੰਪੋਰਟੈਂਟ ਹੈ ਉਹ ਲੋਕ ਕਹਿਣਗੇ ਜਾਂ ਆਏਗਾ ਕਿ ਜੋ ਸੁਧਾਰ ਲੈਣ ਵਾਲੇ ਅਕਾਲੀ ਆਗੂ ਨੇ ਉਹ ਕਿਹੜੇ ਦੁੱਧ ਧੋਤੇ ਨੇ ਜੀ ਜੇ ਸੁਖਬੀਰ ਬਾਦਲ ਦੀ ਗਲਤੀ ਕੀਤੀ ਹੈ ਤਾਂ ਇਹ ਲੋਕ ਨਾਲ ਰਹੇ ਨੇ ਕਿਸੇ ਸਮੇਂ ਚਾਹੇ ਚੰਦੂ ਮਾਜਰਾ ਹੈ ਤੇ ਚਾਹੇ ਦੂਜੇ ਜਗੀਰ ਕੌਰ ਸਾਰੇ ਹੈਗੇ ਨਾ ਜੀ ਸੋ ਇਸ ਵਾਸਤੇ ਜਥੇਦਾਰ ਸਾਹਿਬ ਤੇ ਇਹ ਵੀ ਬੜੀ ਵੱਡੀ ਇੱਕ ਚੁਣੌਤੀ ਹੋਏਗੀ ਕਿ ਬਾਕੀ ਸੁਧਾਰ ਲੈਣ ਵਾਲਿਆਂ ਨੂੰ ਕੀ ਡਿਪੈਂਡ ਕੀਤਾ ਜਾ ਸਕਦਾ ਕਿ ਉਹ ਕੁਛ ਕਰਨਗੇ ਨੋ ਸੋ ਇਸ ਕਰਕੇ ਜਥੇਦਾਰ ਸਾਹਿਬ ਲਈ ਉਹਨਾਂ ਨੂੰ ਕੀ ਸਜ਼ਾ ਲਗਾਉਣੀ ਹੈ ਉਹਨਾਂ ਨੂੰ ਕਿਵੇਂ ਕਿਉਂਕਿ ਉਹ ਵੀ ਤਾਂ ਰਾਜਨੀਤਿਕ ਨੇ ਨਾ ਸਾਰਾ ਪਾਰਟੀ ਇੱਕ ਪਾਸੇ ਖੜੀ ਹੈ ਇਕੱਲਾ ਬੰਦਾ ਇੱਕ ਪਾਸੇ ਖੜਾ ਹੈ ਉਹ ਵੀ ਤਾਂ ਪੋਲੀਟੀਕਲ ਸਰਵਾਈਵਲ ਲੱਭਣਗੇ ਨਾ ਸੋ ਇਸ ਕਰਕੇ ਆ ਕੇ ਗੱਲਾਂ ਦੇ ਕੇ ਇਹ ਆ ਜਾਂਦੀ ਹੈ ਕਿ ਜਥੇਦਾਰ ਸਾਹਿਬ ਨੇ ਸੁਖਬੀਰ ਬਾਦਲ ਵਾਸਤੇ ਕੀ ਫੈਸਲਾ ਲੈਣਾ ਹੈ ਔਰ ਇਹਨਾਂ ਵਾਸਤੇ ਕੀ ਫੈਸਲਾ ਲੈਣਾ ਹੈ ਸੋ ਮੈਂ ਮਹਿਸੂਸ ਕਰਦਾ ਕਿ ਇਸ ਲਈ ਬਿਲਕੁਲ ਕ੍ਰੋਸ ਰੋਡ ਤੇ ਅਕਾਲੀ ਦਲ ਜਥੇਦਾਰ ਸਾਹਿਬ ਜਿਹੜੀ ਸਾਰੀ ਬਾਲ ਬਿਲਕੁਲ ਜਥੇਦਾਰ ਸਾਹਿਬ ਦੀ ਕੋਰਟ ਵਿੱਚ ਹੈ ਔਰ ਜਦੋਂ ਵਿਦਵਾਨ ਦੇ ਕੋਲ ਬਿਠਾਣਗੇ ਵਿਦਵਾਨ ਕੀ ਰਾਏ ਦਿੰਦੇ ਨੇ ਇਹ ਉਹਨਾਂ ਨੂੰ ਬੜੀ ਬੈਲੈਂਸਡ ਅਪਰੋਚ ਅਡੋਪਟ ਕਰਨੀ ਪਈ ਵਿਦਵਾਨਾਂ ਨੂੰ ਕਿ ਉਹਨਾਂ ਲਈ ਇੱਕ ਧਿਰ ਦੇ ਨਾਲ ਖੜਾ ਹੋ ਕੇ ਨਹੀਂ ਚੱਲਣਾ ਪਏਗਾ ਜਾਂ ਇੱਕ ਤਰ੍ਹਾਂ ਦਾ ਇੱਕ ਪਾਸੜ ਕੋਈ ਰਾਏ ਦੇ ਦੇਣ ਸੋ ਟੋਟੈਲਿਟੀ ਦੇ ਵਿੱਚ ਟੋਟੈਲਿਟੀ ਕੀ ਹਾਲਾਤ ਨੇ ਔਰ ਉਹ ਜਿਹੜਾ ਵਿਦਵਾਨ ਵਰਗਾ ਕੀ ਸੋਚਦਾ ਹੈ ਜਥੇਦਾਰ ਸਾਹਿਬ ਉਹਨਾਂ ਦੀ ਜਿਹੜੀ ਰਾਏ ਨੂੰ ਲੈ ਕੇ ਕਿਵੇਂ ਜੋ ਆਪਣਾ ਅਲਟੀਮੇਟਲੀ ਜੋ ਫਸੀਲ ਤੇ ਉਹਨਾਂ ਨੇ ਫੈਸਲਾ ਸੁਣਾਉਣਾ ਹੈ ਕਿਸੇ ਤੋਂ ਜ਼ਰੂਰ ਸੁਣਾਉਣਗੇ ਉਸ ਵਾਸਤੇ ਕੀ ਲੈਣਗੇ ਇਹ ਬੜੀ ਵੱਡੀ ਇੰਪੋਰਟੈਂਟ ਬਣ ਗਈ ਗੱਲ ਕਿ ਕੀ ਉਹ ਜਿਹੜੇ ਘੱਟ ਘੱਟ ਗੁਨਾਹਗਾਰ ਨੇ ਜੋ ਗੁਨਾਹ ਤਾਂ ਹੈ ਨਾ ਜੀ ਉਹਨਾਂ ਦਾ ਵੀ ਕਿ ਉਹਨੇ ਚੁੱਪ ਕਿਉਂ ਰਹੇ ਜਾਂ ਜਿਹੜੇ ਮਤਲਬ ਪ੍ਰਕਾਸ਼ ਸਿੰਘ ਬਾਦਲ ਵੇਲੇ ਜਿਹਨਾਂ ਲੋਕਾਂ ਨੇ ਪੰਜਾਬੀ ਪਾਰਟੀ ਬਣਾਉਣ ਵੇਲੇ ਚੰਦੂ ਮਾਜਰਾ ਵਰਗੇ ਨੇ ਰਾਜ ਦਿੱਤੀ ਉਹਨਾਂ ਨੂੰ ਉਹਨਾਂ ਕਰਕੇ ਸਾਰਾ ਕੁਛ ਹੋਇਆ
ਉਹ ਵੀ ਤਾਂ ਗੁਨਾਹਗਾਰ ਨੇ ਨਾ ਸਾਰੇ, ਉਹਨਾਂ ਵਾਸਤੇ ਕੀ ਕਰਨਗੇ? ਸੋ ਇਹ ਜਿਹੜੀ ਆ ਕੇ ਨਿਕਲ ਸਕਦੀ ਗੱਲ ਕਿ ਕੀ ਉਹਨਾਂ ਨੂੰ ਕੋਈ ਲੈਸਰ ਸਜ਼ਾ ਮਿਲੇਗੀ ਜਾਂ ਉਹਨਾਂ ਕੋਲ ਕੋਈ ਪੈਸੇ ਲੈ ਕੇ ਲੱਖਾਂ ਦੀ ਗਿਣਤੀ ਚ ਲੱਖਾਂ ਦੇ ਤਾਦਾਦ ਪੈਸੇ ਲੈ ਕੇ ਐਸਾ ਕੋਈ ਫੰਡ ਬਣੇਗਾ ਕੋਈ? ਜੇਕਰ ਰਿਵਾਈਵਲ ਬਣਨੀ ਹੈ ਨਾ ਭਾਈ ਸਾਹਿਬ, ਰਿਵਾਈਵਲ ਕਰਨ ਵਾਸਤੇ ਤਾਂ ਲੋਕ ਚੁਣਨੇ ਪੈਣਗੇ ਨਾ ਜੀ, ਉਹ ਕੌਣ ਲੋਕ ਰਿਵਾਈਵਲ ਕਰਨਗੇ? ਜਹੇਦਰ ਸਾਹਿਬ ਦੇ ਇੱਕ ਬਾਹਾਂ ਬਣ ਕੇ ਉਹ ਕੌਣ ਲੋਕ ਕੰਮ ਕਰਨਗੇ? ਇਹ ਗੱਲ ਜਿਹੜੀ ਗੱਲ ਕਰਨੀ ਕੋਈ ਸੌਖਾ ਕੰਮ ਤੇ ਹੈ ਨੀ ਭਾਈ ਸਾਹਿਬ। ਉਹ ਅਗਰ ਰਿਵਾਈਵਲ ਦੀ ਥਰੂ ਕਮੇਟੀ ਹੁੰਦੀ ਹੈ ਤਾਂ ਉਸ ਵਾਸਤੇ ਵੀ ਲੋਕਾਂ ਕੋਲ ਜਾਣਾ ਪਏਗਾ, ਪੈਸਾ ਖਰਚ ਕਰਨਾ ਪਏਗਾ, ਇੱਕ ਬੜਾ ਫਾਰਮੈਟ ਬਣਾ ਕੇ ਆਮ ਮੈਂਬਰਸ਼ਿਪ ਧਰਨੀ ਪਏਗੀ ਔਰ ਅਕਾਲੀ ਦਲ ਸਹਿਯੋਗ ਲੈਣਾ ਪਏਗਾ। ਸੋ ਇਸ ਕਰਕੇ ਬੜਾ ਵੱਡਾ ਇਸ ਵੇਲੇ ਖਲਾਰਾ ਪੈ ਗਿਆ। ਇਸ ਖਲਾਰੇ ਨੂੰ ਸਮੇਟਣ ਵਾਸਤੇ ਇੱਕ ਜਿਹੜੀ ਪਹਿਲੀ ਸ਼ੁਰੂਆਤ ਹੈ ਉਹ ਛੇਤ ਨੂੰ ਹੋਣ ਜਾ ਰਹੀ ਮੈਂ ਮਹਿਸੂਸ ਕਰਦਾ ਜੀ। ਸਿੰਘ ਸਾਹਿਬ ਮੇਰਾ ਆਖਰੀ ਸਵਾਲ ਹੈ ਕਿ ਜਦੋਂ ਅਸੀਂ ਅਕਾਲੀ ਦਲ ਦੇ ਰਿਵਾਈਵਲ ਦੀ ਗੱਲ ਕਰਦੇ ਹਾਂ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਖੁਦਮੁਖਤਿਆਰੀ ਜਾਂ ਜਥੇਦਾਰ ਸਾਹਿਬ ਦੇ ਅਧਿਕਾਰ ਖੇਤਰ ਦੀ ਗੱਲ ਜਾਂ ਉਹਨਾਂ ਦੀ ਚੋਣ ਦੀ ਗੱਲ ਕੀ ਉਹ ਵੀ ਨਹੀਂ ਇਸ ਸਮੇਂ ਦੌਰਾਨ ਮਤਲਬ ਵਿਚਾਰੀ ਜਾਣੀ ਚਾਹੀਦੀ ਜਾਂ ਉਹਦੇ ਉੱਤੇ ਵੀ ਫੈਸਲੇ ਲੈ ਲੈਣੇ ਚਾਹੀਦੇ ਨੇ ਕਿ ਜੇ ਉਹ ਉਧਰੋਂ ਆਪਣਾ ਦਬਦਬਾ ਵਧਾਉਂਦੇ ਨੇ ਕਿ 11 ਮੈਂਬਰੀ ਬੋਰਡ ਬਣਾ ਦਿਓ ਜੀ, ਉਹ ਸਲਾਹ ਦੇਵੇ ਕਿ ਜਥੇਦਾਰ ਨੇ ਕਿਵੇਂ ਕਿਹੜੇ ਮਸਲੇ ਦੇ ਉੱਤੇ ਫੈਸਲਾ ਲੈਣਾ, ਜਾਂ ਜਿਵੇਂ ਸੁਖਬੀਰ ਬਾਦਲ ਵਾਰ ਵਾਰ ਇਸ਼ਾਰਾ ਹੋ ਸਕਦਾ ਕਿ ਉਹ ਜਥੇਦਾਰ ਸਾਹਿਬ ਤੇ ਵੀ ਇਹ ਸਵਾਲ ਚੁੱਕੇ ਜਾਣ ਕਿ ਜੀ ਏਜੰਸੀਆਂ ਜਿਹੜੀਆਂ ਉਹ ਆਪਣਾ ਕੰਮ ਕਰ ਰਹੀਆਂ ਸੀ, ਏਜੰਸੀਆਂ ਨੇ ਸਾਂਝੇ ਤੌਰ ਉੱਤੇ ਤਾਕਤ ਲਾਈ, ਅਸੀਂ ਫਿਰ ਵੀ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਜਿੱਤ ਗਏ, ਕੀ ਪਤਾ ਲੱਗਦਾ ਕੱਲ ਨੂੰ ਜਥੇਦਾਰ ਨੂੰ ਲੈ ਕੇ ਵੀ ਇਹੀ ਸਵਾਲ ਖੜੇ ਹੋਣ ਲੱਗ ਜਾਣ ਕਿ ਜਥੇਦਾਰ ਏਜੰਸੀਆਂ ਦੇ ਹੱਥਾਂ ਚ ਖੇਡ ਗਏ ਜੀ, ਉਹਨਾਂ ਨੇ ਸੁਖਬੀਰ ਬਾਦਲ ਨੂੰ ਇਲੈਕਸ਼ਨਾਂ ਤੋਂ ਪਰਾਂ ਕੀਤਾ ਜਾਂ ਅਕਾਲੀ ਦਲ ਨੂੰ ਇਲੈਕਸ਼ਨਾਂ ਚੋਂ ਮੈਦਾਨ ਚੋਂ ਕੱਢਿਆ, ਭਾਵੇਂ ਜਥੇਦਾਰ ਸਾਹਿਬ ਕਹਿੰਦੇ ਕਿ ਅਸੀਂ ਤੇ ਅਕਾਲੀ ਦਲ ਨੂੰ ਰੋਕਿਆ ਨਹੀਂ, ਤਾਂ ਇਹਨਾਂ ਹਾਲਾਤਾਂ ਦੇ ਵਿੱਚ ਜਥੇਦਾਰ ਸਾਹਿਬ ਦੇ ਨਿਯੁਕਤੀ ਜਾਂ ਸੇਵਾ ਮੁਕਤੀ ਕੀ ਉਹ ਵੀ ਤੈਅ ਨਹੀਂ ਹੋਣਾ ਚਾਹੀਦਾ ਇਹਦੇ ਨਾਲ ਹੀ ਸਾਰਾ ਕੁਝ? ਤੁਸੀਂ ਠੀਕ ਸਵਾਲ ਕੀਤਾ ਹੈ। ਇਹ ਸਾਰੇ ਐਪੀਸੋਡ ਨੇ ਜੋ ਪਿਛਲੇ 4-5 ਮਹੀਨੇ ਤੋਂ ਸੁਣਦੇ ਗੱਲ ਚੱਲਦੀ ਆ ਰਹੀ ਹੈ। ਅਸੀਂ ਵੀ ਇਸ ਵਾਸਤੇ ਬੜਾ ਯਤਨ ਪਹਿਲਾਂ ਕਰਦੇ ਆ ਰਹੇ ਹਾਂ, ਫਰੋਮ ਦਾ ਲਾਸਟ ਸੋ ਮੈਨੀ ਈਅਰਸ, 20 ਈਅਰਸ ਹੋ ਗਏ ਜੀ ਜਦੋਂ ਵਿਦਾਂਤੀ ਜੀ ਨੇ ਇਸ ਗੱਲ ਬਾਰੇ SGP ਚਿੱਠੀ ਲਿਖੀ ਸੀ। ਅੱਜ ਵੀ ਅੱਜ ਰੈਲੇਵੈਂਟ ਚਿੱਠੀ ਹੋ ਕੇ ਸਾਨੂੰ ਦੱਸਿਆ ਜਾਏ ਕਿ ਯੋਗਤਾ ਕੀ ਹੈ, ਸਾਡੀ ਸੇਵਾ ਸ਼ਰਤਾਂ ਕੀ ਨੇ, ਸਾਡਾ ਅਧਿਕਾਰ ਖੇਤਰ ਕੀ ਹੈ, ਸਾਡੀ ਸੇਵਾ ਮੁਕਤੀ ਕਿਵੇਂ ਹੋਏਗੀ, ਸਾਡਾ ਫੰਡਸ ਕਿਵੇਂ ਚੱਲਣਗੇ, ਉਸ ਵਾਸਤੇ ਗੱਲ ਚੱਲ ਰਹੀ ਸੀ ਜੀ। ਉਸ ਤੋਂ ਬਾਅਦ ਮੱਕੜ ਸਾਹਿਬ ਨੇ ਇੱਕ 5 ਮੈਂਬਰੀ ਕਮੇਟੀ ਬਣਾਈ ਸੀ ਸਾਡੇ ਪ੍ਰੋਫੈਸਰਾਂ ਦਬਾਅ ਦੇ ਵਿੱਚ ਕਿ ਉਹਨਾਂ ਨੇ ਜਸਪਾਲ ਸਿੰਘ, ਡਾਕਟਰ ਬਲਕਾਰ ਸਿੰਘ ਤੇ ਹੋਰ ਬੰਦੇ ਚਿੱਠੀ ਕਮੇਟੀ ਬਣਾਈ ਸੀ, ਲੇਕਿਨ ਕਮੇਟੀ ਮੀਟਿੰਗ ਹੀ ਨਹੀਂ ਕਰ ਸਕੀ। ਇਹ ਮੁੱਦਾ ਇਸ ਸਾਰੇ ਐਪੀਸੋਡ ਨੇ ਉਠਾ ਦਿੱਤਾ ਕਿ ਜਥੇਦਾਰ ਸਾਹਿਬ ਦੀ ਨਿਯੁਕਤੀ ਜਾਂ ਜਿਹੜਾ ਉਹਨਾਂ ਦਾ ਜਿਹੜੀ ਸੇਵਾ ਸ਼ਰਤਾਂ ਯੋਗਤਾ ਦਾ ਅਧਿਕਾਰ ਖੇਤਰ ਕੀ ਹੈ ਉਹਨਾਂ ਦੀ। ਇਹ ਮੁੱਦਾ ਇਸ ਲਈ ਬੜਾ ਗੰਭੀਰ ਹੋ ਚੁੱਕਾ ਹੈ ਵਾਸਤੇ ਜਿਹੜੀ ਸਾਰੀ ਸੰਸਥਾਵਾਂ ਕੰਮ ਕਰ ਰਹੀ, ਜਿਵੇਂ ਮਤਲਬ ਪੰਥਕ ਦੁਆਬਾ ਇੱਕ ਸੰਸਥਾ ਬਣੀ ਹੋਈ ਹੈ, ਉਹ ਵੀ ਮਤਲਬ ਜਿਹੜਾ ਪ੍ਰਾਚੀਨ ਰਵਾਇਤਾਂ ਨੇ ਲਿਆ ਰਹੇ ਨੇ ਅੱਗੇ ਸਾਹਮਣੇ ਕਿ ਜਿਹੜਾ ਅਕਾਲ ਤਖ਼ਤ ਦਾ ਜਥਾ ਹੋ ਗਿਆ ਆਪਣਾ, ਜਿਵੇਂ ਗਿਆਨੀ ਫੂਲਾ ਸਿੰਘ ਹੁੰਦਾ ਸੀਗਾ, ਭਾਈ ਫੂਲਾ ਸਿੰਘ ਜਥਾ ਫੂਲਾ ਸਿੰਘ ਹੁੰਦਾ ਸੀਗਾ ਕਿ ਉਹ ਜਿਹੜੇ ਲੋਕਲ ਅੰਮ੍ਰਿਤਸਰ ਦੀ ਸੰਗਤ ਸੀ ਉਹ ਸਾਰਾ ਉਹਨਾਂ ਦਾ ਖਿਆਲ ਰੱਖਦੀ ਸੀ ਔਰ ਅਕਾਲ ਤਖ਼ਤ ਦਾ ਆਪਣਾ ਵੱਖਰਾ ਜਥਾ ਹੁੰਦਾ ਸੀਗਾ, ਜਥਾ ਹੀ ਉਹਨਾਂ ਦੀ ਸਾਰੀ ਦੇਖ ਰੇਖ ਕਰਦਾ ਸੀ। ਸੋ ਮੈਂ ਸਮਝਦਾ ਕਿ ਇਸ ਲਈ ਇੱਕ ਮੁੱਦਾ ਜਦੋਂ ਸਾਰਾ ਇਹ ਡੰਡੋਰਾ ਹੋ ਜਾਏਗਾ ਤਾਂ ਅਕਾਲੀ ਦਲ ਨੂੰ ਔਰ SGPC ਨੂੰ ਖੁਦ ਇਸ ਗੱਲ ਬਾਰੇ ਉਹ ਕਰਨਾ ਚਾਹੀਦਾ ਪੰਥਕ ਜਥੇਬੰਦੀਆਂ ਨੂੰ ਕਿ ਇਹ ਜਿਹੜੇ ਜਥੇਦਾਰਾਂ ਦੀ ਨਿਯੁਕਤੀ ਜਿਹੜੀ ਹੈ ਉਹ ਪੰਥਕ ਹੱਥਾਂ ਦੇ ਚ ਆ ਜਾਵੇ। ਦੇਖੋ ਤੁਹਾਨੂੰ ਜਾਂ ਮੈਂ ਯਾਦ ਕਰਾ ਦਿਆਂ ਕਿ ਸਾਡੇ ਜਿਹੜੇ ਪੁਰਖੇ ਨੇ ਬੜੇ ਸਿਆਣੇ ਸੀਗੇ, ਜਦੋਂ SGPC ਦਾ ਐਕਟ ਬਣਿਆ ਤਾਂ ਉਹਨਾਂ ਨੇ ਐਕਟ ਦੇ ਵਿੱਚ ਇਹ ਬੜੀ ਸਪਸ਼ਟ ਲਿਖੀ 43A ਦੇ ਵਿੱਚ ਗੁਰਦੁਆਰਾ ਐਕਟ ਹੈ ਕਿ ਇਹ ਜਿਹੜਾ ਐਕਟ ਹੈ ਉਹ ਅਕਾਲ ਤਖ਼ਤ ਸਾਹਿਬ ਦੇ ਤੇ ਜਥੇਦਾਰ ਸਾਹਿਬ ਦੇ ਜਿਹੜੇ ਦਰਬਾਰ ਸਾਹਿਬ ਦੇ ਉਹਨਾਂ ਦੇ ਹੈੱਡ ਮਿਨਿਸਟਰ ਦਾ ਖਿਆਲ ਰੱਖੇਗੀ, ਅਪੁਆਇੰਟ ਕਰੇਗੀ ਹੈੱਡ ਮਿਨਿਸਟਰ। ਹੈੱਡ ਮਿਨਿਸਟਰ ਮੀਨਸ ਮੁੱਖ ਗ੍ਰੰਥੀ, ਯਾਨੀ ਉਹਨੇ ਜਥੇਦਾਰ ਤਾਂ ਅਕਾਲ ਦੀ ਸੰਸਥਾ ਸੀਗੀ ਨਾ ਉਸ ਵੇਲੇ, ਤੇਜਾ ਸਿੰਘ ਗੁੱਜਰ ਸੀ ਉਸ ਵੇਲੇ, ਜਥੇਦਾਰ ਸਾਹਿਬ ਨੂੰ ਐਕਟ ਤੋਂ ਬਾਹਰ ਰੱਖਿਆ ਹੋਇਆ ਔਰ ਜਿਸਦਾ ਕਰਕੇ ਉਸਨੂੰ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਨੇ ਬਾਅਦ ਰੈਜੋਲੂਸ਼ਨ ਪਾ ਕੇ ਅਕਾਲ ਤਖ਼ਤ ਜਥੇਦਾਰ ਦੀ ਨਿਯੁਕਤੀ ਆਪਣੇ ਹੱਥ ਲੈ ਲਈ ਹੋਈ ਸੀ। ਜਿਵੇਂ ਇਹਨੂੰ ਬਾਈ ਪ੍ਰੋਕਸੀ ਹੋਇਆ, ਬਾਈ ਪ੍ਰੋਕਸੀ ਜਥੇਦਾਰ ਸਾਹਿਬ ਦੀ ਨਿਯੁਕਤੀ ਹੈ, ਅਕਾਲੀ ਦਲ ਕੋਲ ਸ਼੍ਰੋਮਣੀ ਕਮੇਟੀ ਚਲੀ ਗਈ ਔਰ ਸ਼੍ਰੋਮਣੀ ਕਮੇਟੀ ਅਕਾਲੀ ਦਲ ਚਲਾਉਂਦਾ। ਸੋ ਇਸ ਕਰਕੇ ਇਹ ਜਿਹੜਾ ਮੁੱਦਾ ਹੈ ਨਾ ਭਾਈ ਸਾਹਿਬ, ਬੜਾ ਗੰਭੀਰ ਹੋ ਜਾਏਗਾ ਕਿ ਜਥੇਦਾਰ ਸਾਹਿਬ ਦੀ ਜਿਹੜੀ ਸੁਰੱਖਿਆ ਹੈ, ਉਹਨਾਂ ਦੀ ਜਿਹੜੀ ਸ਼ਰਤਾਂ, ਉਹਨਾਂ ਦੇ ਜਿਹੜੀ ਕੰਮ ਕਰਨ ਦਾ ਖੇਤਰ, ਕੀ ਕੰਮ ਕਰਨੇ ਕੀ ਕਰਨੇ, ਇਹ ਬੜਾ ਇੰਪੋਰਟੈਂਟ ਬਣ ਗਿਆ। ਉਹ ਇਸ ਵਾਸਤੇ ਮੇਰੀ ਸਾਰੇ ਵਿਦਵਾਨਾਂ ਨੂੰ ਵੀ ਜਥੇਬੰਦੀਆਂ ਨੂੰ ਅਪੀਲ ਹੈ ਕਿ ਉਹ ਇਸ ਵਾਸਤੇ ਇਕੱਠੇ ਹੋਣ। ਜਥੇਦਾਰ ਸਾਹਿਬ ਪੰਥ ਨੇ, ਉਹ ਪੰਥਕ ਸਿਆਸਤ ਕਰਦੇ ਨੇ, ਇੱਕ ਰਾਜਨੀਤੀ ਆਮ ਪੰਜਾਬ ਦੀ ਰਾਜਨੀਤੀ ਨਹੀਂ ਕਰਨੀ, ਉਹਨਾਂ ਨੇ ਪੰਥ ਨੂੰ ਰਿਪ੍ਰੈਜੈਂਟ ਕਰਨਾ, ਪੰਥਕ ਭਾਵ ਨੂੰ ਰਿਪ੍ਰੈਜੈਂਟ ਕਰਨਾ ਤੇ ਉਹ ਸ਼੍ਰੋਮਣੀ ਕਮੇਟੀ ਦੇ ਉਸ ਇਸ ਬਣਾ ਚੁੱਕੇ ਅਧਿਕਾਰ ਖੇਤਰ ਚੋਂ ਬਾਹਰ ਲਿਆਉਣਾ ਚਾਹੀਦਾ। ਸੋ ਮੈਂ ਸਮਝਦਾ ਕਿ ਜੇਕਰ ਇਹ ਬਣ ਜਾਏਗੀ ਗੱਲ ਤਾਂ ਇਸ ਵਾਸਤੇ ਇੱਕ ਨਵਾਂ ਚੈਪਟਰ ਅਕਾਲ ਤਖ਼ਤ ਦੀ ਹਿਸਟਰੀ ਸ਼ੁਰੂ ਹੋ ਜਾਏਗਾ ਔਰ ਇੱਕ ਨਵੀਂ ਜਿਹੜੀ ਜੱਤੀ ਜਿਹੜਾ, ਦੇਖੋ ਅਕਾਲੀ ਦਲ ਜੇ ਰਾਜਨੀਤੀ ਹੋਰ ਪਾਰਟੀਆਂ ਕਰਨ, ਉਹਨਾਂ ਦੇ ਪ੍ਰੈਰੋਗੇਟਿਵ ਹੈ, ਰਾਜਨੀਤੀ ਕਰਨ, ਉਹ ਉਹਨਾਂ ਦੇ ਮੁੱਦੇ ਹੈਗੇ ਨੇ ਕਰਨ, ਪਰ ਸੰਸਥਾਵਾਂ ਜਿਹੜੀ ਸਾਡੀਆਂ ਪੰਥ ਨੇ ਬਿਲਡ ਕੀਤੀਆਂ ਨੇ, ਇਤਿਹਾਸ ਨੇ ਬਿਲਡ ਕੀਤੀਆਂ ਨੇ,
अकाल तख्त साहब, श्रोमणी गुरुद्वारा प्रबंधक कमेटी और अकाली दल, बाकी होर ही तिरा है। ये सारा पंथ का एवोल्यूशन है, पंथक एवोल्यूशन मैं कहना, पंथक उत्पत्ति है। इस संभालना बड़ा जरूरी है। और पिछले 50 साल जो प्रकाश सिंह बादल ने जिस बाद जारी की जी संस्थावान वीक हो गई, जिस बारे बार बार कहते हैं सारे पंथ से कहने, उस वीक संस्थावान नवारा नवे से किवें उठाना है, इस वास्ते मैं बड़ी वो चुनौती आ गई पंथ सामने। ये जड़िया अकाली दल लड़े, सताई के लड़े, चलो लड़े, उन्होंने अपनी अधिकार खेत्र है, पर अकाल पंथ का है ना जी। ये निर्गुण जो निर्गुण अकाल तख्त का स्वरूप है, जो सिंघासन है, जिन्हों ज्ञानी कान सिंह नाभा राज सिंघासन कहते हैं, वो राज सिंघासन काम किमें करे, श्रोमणी कमेटी पार्लीमेंट कहते पार्लीमेंट किमें काम करे, ये मुद्दे आ गए। इस वास्ते जी प्रॉब्लम है, इस वास्ते होगा कि जी फ्रैशनेस इन पॉलिटिक्स है ना जी, वो तद ही आएगी कि नवी राजनीति आएगी। सुखबीर बादल मान लेना चाहिए खत्म हो गया, वो आप मान लैन, एवं होर दलील होने को फायदा नहीं। एवं खाम खा पंथ का जो समा और ऊर्जा खराब हो रही है, कहने देखो कोई इशूज नहीं सॉल्व हो रहा, ना पंजाब के लोगों की मंगा, ना किसानों के मुद्दे, ना होर लोगों के मुद्दे, किन्ने इशूज पे हुए हैं जी। अकाली दल गायब है, सुवाई पार्टी गायब है, ये नुकसान हो गया ना जी। जिस वास्ते मैं समझा कि पंथक साहब का जो एक रोल बन गया होया है, तो पंथक भावना पंथ नूं नाल खड़ना चाहिए, जथेबंदियां संस्थावां व्यक्ति विद्वान सारे अकाल तख्त नाल बुढ़े ना बुढ़ा डाक खड़ जाण, तो कोई जरूरत नहीं है अकाली दल की जां एजीपीसी की किस तरह अखां विखाउण फिर वोट बना दें, फिर बैकवर्ड क्यों करना पिया, जो वोट बनाया तो बैकवर्ड क्यों किया, फिर उन्होंने भी इतना जी धार्मिक मुद्दे है करके। सो मैं समझा कि इसलिए जो हालात बड़े गंभीर ने, इन गंभीर हालात के जो विद्वानों ने सदे उन्होंने, उन्होंने बड़ी वही जिम्मेबानी विद्वानों की, वो ठीक तरीके ठीक प्रसंग के विदाउट फीयर, विदाउट एनी फीयर, विदाउट एनी समथिंग प्रॉब्लम, वो अगर दे दें राय तो अकाल तख्त जथेदार साहब और दूजे जो जथेदार साहब ने इस चलन। दूजे गल तो कि देखो अकाली दल ने एक भ्रांति खड़ी कर दी है, ये बड़ी अजीब कि बीजेपी के नाल सारे तो आप तुम गल वकड़िया रहे हो, जी जिमनी चोणा का फैसला किया बाइकट किया बायप्रोक्सी फायदा बीजेपी हो रहा है, वह मैसेज चला गया ना जी। सो अकाली दल ने जो इस तरीके की है वो उसका पत्ता जथेदारा खेड रहे, ये बड़ा दुखदाई। तुम मतलब देखो मैं अजीब जी गल है कि जथेदार साहब हरप्रीत सिंह होरां नूं एक घंटा सा के बैठते मिलते हैं, चाह पीते हैं, दूजे दिन सिक्योरिटी मिल जाती है, मतलब अमित शाह कुछ नहीं होया, हरप्रीत छिट्टी बन गई जी। कि गल है कि पंथ ज मीडिया ज हो सारे लोग इस गल बारे चर्चा कर लग पे, जथेदार हरप्रीत सिंह इस तरह करते हैं, करते हैं, करते हैं। सो मैं समझा कि बड़ी वही गल है, ऐसी लड़ाई जी एक पासे अकाली दल को सरवाइव कर चुनौती, दूजे पासे जी दिल्ली सरकार है और जी होर तेरा अंदरूनी तो बाहरी विरोध शक्तियां कर रही काम, उन्होंने मुकाबला किमें किया जा सकता, यह नवा अकाली दल कर सकेगा। मैं समझता पोलीटल पद्धर से नवा अकाली दल कर सकेगा, इस अकाली दल ने जी ने सारिया जहाँ को बस कर नहीं है गल, नवा अकाली दल आएगा तो वह एक नवी चुनौती के नाल नवी फ्रैश नवी नवी तरोताजा होकर नवा एजेंडा लिया के पंजाब का एक नवा। फिर मैं समझा कि जो वोट बैंक जो 13 या 12 से आ गया ना जी, वोट बैंक कितने नहीं गया, गल समझो वोट बैंक पिया है, वो वोट बैंक वेख रहा है कि अकाली दल अकाल तख्त साहब की करते हैं, तो वोट बैंक जरा जुड़ जाएगा, अकाली दल फिर पंजाब की सुवाई पार्टी तौर पर फिर उभर आएगा। मैं समझा कि नवा नवा दिन उस दिन होएगा जी। बिल्कुल उम्मीद करते हैं सिंह साहब के आप बहुत छेती इस मसले से जुड़ा गए, क्योंकि पंथक भावनावान ज संगत सिख जो वोट बैंक ये चीज सोचता है कि नवा अकाली दल कि चेहरिया आधारित हो बंद आधारित हो वक्रा प्रोग्राम करांगे। सिंह साहब बहुत जल्दी जुड़ांगे, धन्यवाद, धन्यवाद, सत श्री अकाल।